जस टीवी देख रहे हो तुसीं, मैं केपी सिंह तुहाड़ा स्वागत करता। पंजाब दे विच वी मिशन 2019 दा रोला हैगा, इहदे विच वी विजय चाहीदी है, पर इस विजय दे विचाले एक विजय होर आ गया, कुंवर विजय प्रताप सिंह। ये SIT दे मैंबर ने, वो SIT जिहड़ी गोलीकांड की जाँच कर रही है, तो इस ते सियासी भूचाल आ गया। तो असीं इक सवाल पुछांगे, विजय ते सियासी विवाद क्यों? SIT ਤੇ ਸਿਆਸਤ ਹੋ ਰਹੀ ਹੈ, ਪਹਿਲੀ ਵਾਰ ਨਹੀਂ ਹੋਈ, ਪਹਿਲਾਂ ਵੀ ਹੋਈ ਹੈ, ਪਰ ਮਿਸ਼ਨ 2019 ਦੇ ਵਿੱਚ ਸਿਆਸਤ ਜੇ ਪੱਕੀ ਹੈਗੀ ਆ ਤਾਂ ਫਿਰ ਸਵਾਲ ਉੱਠਣੇ ਲਾਜ਼ਮੀ ਹੈਗੇ। ਅਤੇ ਅੱਜ ਬਹਿਸ ਇਸ ਲਈ ਕਰ ਰਹੇ ਹਾਂ, ਬੇਅਦਬੀ ਮਾਮਲੇ ਨਾਲ ਜੁੜੇ ਗੋਲੀਕਾਂਡ ਦੀ ਜਾਂਚ ਕਰ ਰਹੀ SIT ਤੇ ਪੰਜਾਬ 'ਚ ਸਿਆਸੀ ਭੂਚਾਲ ਆ ਗਿਆ। ਚੋਣ ਕਮਿਸ਼ਨ ਕੋਲ ਇੱਕ ਦੂਜੇ ਨੇ ਸ਼ਿਕਾਇਤਾਂ ਲੈ ਪੁੱਜੇ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ। ਸ਼੍ਰੋਮਣੀ ਅਕਾਲੀ ਦਲ ਨੇ SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਦੀ ਕਾਰਵਾਈ 'ਤੇ ਚੁੱਕੇ ਸਵਾਲ। ਬੇਅਦਬੀ ਦਾ ਪਰਦਾਫਾਸ਼ ਹੋਣ ਡਰੋ SIT ਨੂੰ ਨਿਸ਼ਾਨਾ ਬਣਾ ਰਹੇ ਨੇ ਅਕਾਲੀ। ਜਾਖੜ ਸਾਹਿਬ ਕਹਿ ਰਿਹਾ ਕੈਪਟਨ SIT ਜ਼ਰੀਏ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ, ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ, ਅਤੇ ਇਸ ਸਭ ਦੇ ਵਿਚਾਲੇ ਕਾਂਗਰਸ ਨੇ ਵੀ ਸ਼ਿਕਾਇਤ ਕੀਤੀ ਹੈ ਚੋਣ ਕਮਿਸ਼ਨ ਕੋਲ ਜਾ ਕੇ। ਅਤੇ ਚੋਣ ਕਮਿਸ਼ਨ ਚੋਣ ਅਧਿਕਾਰੀ ਕਹਿੰਦੇ ਕੀ ਭਲਾ ਸੁਣ ਲਈਏ। ਇਸ ਦਫ਼ਤਰ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ, ਅਕਾਲੀ ਦਲ ਵੱਲੋਂ ਵੀ ਦਿੱਤੀ ਗਈ ਹੈ, ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਸਾਨੂੰ ਇੱਕ ਸ਼ਿਕਾਇਤ ਆਈ ਸੀ, ਉਹਨਾਂ ਦਾ ਆਫਿਸ ਤੋਂ ਸਾਡਾ ਆਫਿਸ ਨੂੰ ਮਿਲਿਆ ਸੀ। ਸੋ ਇਸ ਦੇ ਬਾਰੇ ਮੈਂ ਅਸੀਂ ਪੁਲਿਸ ਮਹਿਕਮਾ ਵੱਲੋਂ ਰਿਪੋਰਟ ਮੰਗਿਆ ਗਿਆ। ਸੋ ਉਸ ਤੋਂ ਬਾਅਦ ਰਿਪੋਰਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜ ਦਿੱਤੀ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਸਿਆਸਤ ਨੂੰ ਸ਼ਿਕਾਇਤ ਕਿਉਂ? ਇਸੇ ਸਵਾਲ ਤੇ ਬਹਿਸ ਕਰਾਂਗੇ, ਖਾਸ ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ ਫਟਾਫਟ। ਪ੍ਰੋਫੈਸਰ ਮਨਜੀਤ ਸਿੰਘ ਕ੍ਰਿਟੀਕਲ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸ਼ਸ਼ੀ ਕਾਂਤ ਸਾਬਕਾ DGP ਜੇਲ੍ਹਾਂ, ਸ਼ਸ਼ੀ ਕਾਂਤ ਜੀ ਤੁਹਾਡਾ ਬਹੁਤ ਸਵਾਗਤ ਹੈ। ਨਰਿੰਦਰ ਸਿੰਘ ਆਖਰੀ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਹੈ, ਆਖਰੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੌਰਵ ਮਨੀਤ ਸਿੰਘ ਮਾਂਗਟ ਕਾਂਗਰਸ ਦੇ ਬੁਲਾ ਰਹੇ ਹੈ, ਮਾਂਗਟ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਨੀਲ ਕਰਗਾ ਆਮ ਆਦਮੀ ਪਾਰਟੀ ਬੁਲਾ ਰਹੇ, ਨੀਲ ਕਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਨਰਿੰਦਰ ਸਿੰਘ ਆਖਰੀ ਤੁਹਾਨੂੰ ਪੁੱਛਣਾ ਚਾਹੁੰਗਾ, ਨਰਿੰਦਰ ਸਿੰਘ ਆਖਰੀ, ਰਾਮ ਰਹੀਮ ਤੱਕ ਜਾਂਚ ਪਹੁੰਚ ਲਈ ਇਸ ਲਈ ਡਰ ਲੱਗਦਾ ਪਿਆ? ਨਹੀਂ KP ਜੀ, ਰਾਮ ਰਹੀਮ ਦੀ ਕੋਲ ਇਹ ਜਿਹੜੀ ਸਿੱਟ ਦੀ ਕਹਾਣੀ ਜਾ ਰਹੀ ਹੈ, ਸਾਨੂੰ ਉਹ ਤੋਂ ਕੋਈ ਡਰ ਨਹੀਂ ਲੱਗਦਾ। ਸ਼੍ਰੋਮਣੀ ਅਕਾਲੀ ਦਲ ਡੇ 1 ਤੋਂ ਇਸ ਗੱਲ ਦੇ ਹਾਮੀ ਰਿਹਾ ਕਿ ਜਿਹੜੇ ਦੋਸ਼ੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਉਹ ਗੋਲੀਕਾਂਡ ਦੇ, ਉਹਨਾਂ ਨੂੰ ਕਾਨੂੰਨ ਮੁਤਾਬਕ ਜਿਨ੍ਹਾਂ ਨੇ ਕਾਨੂੰਨ ਹੱਥਾਂ 'ਚ ਲਿਆ ਉਹਨੂੰ ਕਾਨੂੰਨ ਹੀ ਜੀ। ਬਟ ਜਿੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਪਾਂ ਗੱਲ ਕਰਦੇ ਹਾਂ, ਜੇ ਪਿਛਲਾ ਲੇਖਾ ਜੋਖਾ ਦੇ 5 ਮੈਂਬਰੀ ਸੈੱਟ ਬਣੀ ਹੈ, ਉਹਦੇ ਚੇਅਰਮੈਨ ਸ਼੍ਰੀ ਪ੍ਰਮੋਦ ਬਾਨ ਜੀ ਨੇ, ਅੱਜ ਤੱਕ ਉਹਨਾਂ ਦਾ ਕਿਤੇ ਬਿਆਨ ਨਹੀਂ ਅਸੀਂ ਪੜ੍ਹਨ ਨੂੰ ਸੁਣਨ ਨੂੰ ਦੇਖਿਆ ਕਿ ਜਿਹੜਾ ਚੇਅਰਮੈਨ ਹੈ ਇਸ ਸਿੱਟ ਦਾ ਉਹਨੇ ਕੋਈ ਬਿਆਨ ਜਾਰੀ ਕੀਤਾ ਹੋਵੇ। ਸਾਨੂੰ ਸਿੱਟ ਤੇ ਕੋਈ ਗਿਲਾ ਨਹੀਂ, ਤੁਹਾਨੂੰ ਦਿੱਕਤ ਬਿਆਨਾਂ ਤੋਂ ਹੈ ਕਿ ਸਵਾਲਾਂ ਤੋਂ? ਸਿੱਟ ਕੰਮ ਕਰੇ, ਦਿੱਕਤ ਬਿਆਨਾਂ ਤੋਂ ਹੈ ਕਿ ਸਵਾਲਾਂ ਤੋਂ? ਨਹੀਂ ਨਹੀਂ, ਸੁਣੋ ਸੁਣੋ, ਨਹੀਂ ਨਹੀਂ, ਆਪਾਂ ਟਾਈਮ ਬਹੁਤ ਲਾਵਾਂਗੇ, ਨਹੀਂ ਟਾਈਮ ਦੱਸੋ, ਦਿੱਕਤ ਬਿਆਨਾਂ ਤੋਂ ਹੈ ਕਿ ਸਵਾਲਾਂ ਤੋਂ? ਨਹੀਂ, ਸਵਾਲਾਂ ਦਾ ਦੇਖੋ, ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮਾਣਯੋਗ ਲੋਕ ਨਾਇਕ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੱਦਿਆ, ਉਹ ਆਏ ਚੰਡੀਗੜ੍ਹ, ਉਹਨਾਂ ਨੂੰ ਮਿਲੇ, ਉਹਨਾਂ ਨੇ ਜੋ ਉਹਨਾਂ ਦੀ ਕੁਐਸਚਨਿੰਗ ਕੀਤੀ ਸਾਹ ਸੁਖਬੀਰ ਸਿੰਘ ਬਾਦਲ ਪੇਸ਼ ਹੋਏ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਧੱਬਾ ਆਪਣੇ ਮੱਥੇ 'ਤੇ ਨਹੀਂ ਲਾਉਣਾ ਚਾਹੁੰਦਾ ਜਿਵੇਂ ਬਾਕੀ ਪਾਰਟੀਆਂ ਕਰ ਰਹੀਆਂ, ਕਿ ਅਕਾਲੀਆਂ ਦਾ ਇਹਦੇ ਵਿੱਚ ਕੋਈ ਰੋਲ ਹੈ ਜਾਂ ਇਹਨਾਂ ਦਾ ਦਖਲ ਹੈ। ਲੇਕਿਨ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਾਰਗੁਜ਼ਾਰੀ ਹੈ, ਉਹ 'ਤੇ ਇਤਰਾਜ਼ ਸ਼੍ਰੋਮਣੀ ਅਕਾਲੀ ਦਲ ਵਿਜੇ ਪ੍ਰਤਾਪ ਸਿੰਘ ਦੇ ਪਹਿਲਾਂ ਇਤਰਾਜ਼ ਨਹੀਂ ਸੀਗਾ, ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਸਨਮਾਨ ਦਿੱਤੇ ਜਾਂਦੇ ਸੀਗੇ, ਉਦੋਂ ਇਤਰਾਜ਼ ਨਹੀਂ ਸੀਗਾ। ਦੇਖੋ ਜੀ, ਗੱਲ ਇਹ ਹੈ, ਜੇ ਕੋਈ ਪੁਲਿਸ ਅਧਿਕਾਰੀ ਕਿਸੇ ਪੋਲੀਟੀਕਲ ਪਾਰਟੀ ਦਾ ਬੁਲਾਰਾ ਬਣ ਕੇ ਕੰਮ ਕਰੂਗਾ ਤਾਂ ਉਹ ਤੁਹਾਨੂੰ ਇਉਂ ਲੱਗਦਾ ਨਰਿੰਦਰ ਸਿੰਘ ਆਖੜੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕਾਂਗਰਸ ਦੀ ਝੋਲੀ 'ਚ ਜਾ ਬੈਠੇ ਆ? ਨਹੀਂ, ਮੈਂ ਝੋਲੀ ਦੀ ਗੱਲ ਨਹੀਂ ਕਰਦਾ, ਪਰ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਪਿਛਲੇ ਤੁਸੀਂ 2 ਮਹੀਨਿਆਂ ਦੀ ਉਹਨਾਂ ਦੀ ਕਾਰਗੁਜ਼ਾਰੀ, ਉਹਨਾਂ ਦੇ ਬਿਆਨ, ਮੈਂ ਤਾਂ ਹੀ ਤਾਂ ਸਵਾਲ ਕਰ ਰਿਹਾ, ਤੁਹਾਨੂੰ ਬਿਆਨਬਾਜ਼ੀ ਤੋਂ ਇਤਰਾਜ਼ ਹੈ ਕਿ ਸਵਾਲਾਂ ਤੋਂ ਇਤਰਾਜ਼ ਆ? ਤੁਸੀਂ ਗੱਲ ਹੀ ਨਹੀਂ ਕਲੀਅਰ ਕਰਦੇ ਪਏ। ਸੁਣੋ ਸੁਣੋ, ਬਿਆਨਬਾਜ਼ੀ ਤੋਂ ਇਤਰਾਜ਼ ਹੈ, ਸਵਾਲਾਂ ਤੋਂ ਇਤਰਾਜ਼ ਆ? ਦੇਖੋ, ਸਵਾਲਾਂ ਤੋਂ ਕੋਈ ਇਤਰਾਜ਼ ਨਹੀਂ, ਬਿਆਨਬਾਜ਼ੀ ਤੋਂ ਇਤਰਾਜ਼ ਹੈ, ਲੇਕਿਨ ਜੋ ਬਿਆਨਬਾਜ਼ੀ ਉਹ ਇੱਕ ਕਾਂਗਰਸ ਦਾ ਨੁਮਾਇੰਦਾ ਬਣ ਕੇ ਕਰ ਰਿਹਾ ਹੈ, ਉਹ ਤੇ ਸ਼੍ਰੋਮਣੀ ਮਾਂਗੜ ਸਾਹਿਬ, ਕੁੰਵਰ ਵਿਜੇ ਪ੍ਰਤਾਪ ਸਿੰਘ ਕਾਂਗਰਸ ਦੇ ਬੁਲਾਰੇ ਬਣ ਕੇ ਕੰਮ ਕਰਦੇ ਪਏ ਆ, ਕਾਂਗਰਸ ਦੇ ਨੁਮਾਇੰਦੇ ਬਣ ਕੇ ਕੰਮ ਕਰਦੇ ਪਏ ਆ। ਦੇਖੋ ਨਰਿੰਦਰ ਸਿੰਘ ਆਖੜੀ ਇਲਜ਼ਾਮ ਲਾ ਰਹੇ ਤੁਹਾਡੇ। ਦੇਖੋ ਜੀ, ਬੜੇ ਮਾਨਯੋਗ ਅਖਟੀ ਸਾਹਿਬ ਦੀ ਜਿਹੜੀ ਵੀ ਸਟੇਟਮੈਂਟ ਹੈ, ਇਹ ਬੜੀ ਇਰਰੈਲੀਵੈਂਟ ਜੀ ਸਟੇਟਮੈਂਟ ਹੈ। ਕਾਂਗਰਸ ਦੇ ਬੁਲਾਰੇ ਤੁਹਾਡੇ ਸਾਹਮਣੇ ਬੈਠੇ ਆ, ਪਾਰਟੀ ਦੇ ਨੁਮਾਇੰਦੇ ਪਾਰਟੀ ਅਸਾਈਨ ਕਰਦੀ ਹੈ। ਕੁੰਵਰ ਵਿਜੇ ਪ੍ਰਤਾਪ ਜੀ ਇੱਕ IPS ਆਫਿਸਰ ਨੇ, ਉਹ ਆਪਦੀ ਡਿਊਟੀ ਕਰ ਰਹੇ ਨੇ, ਸਗੋਂ ਤਾਂ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਵੀ ਵਾਏ ਇਹਨਾਂ ਦੇ ਮਜੀਠੀਆ ਸਾਹਿਬ ਉਹਨਾਂ ਨੂੰ ਥ੍ਰੈਟ ਕਿਉਂ ਕਰ ਰਹੇ ਆ? ਹੁਣ ਜੇ ਲਾਅ ਐਂਡ ਆਰਡਰ ਇੱਕ ਪਾਸੇ ਰੌਲਾ ਪਾਈ ਜਾਂਦੇ, ਲਾਅ ਐਂਡ ਆਰਡਰ ਨਹੀਂ ਗਾ, ਜੇ ਅਸੀਂ ਲਾਅ ਐਂਡ ਆਰਡਰ ਪੁਲਿਸ ਦੇ ਪੁਲਿਸ ਆਪਦੇ ਹਿਸਾਬ ਨਾਲ ਕੰਮ ਕਰ ਰਹੀ ਹੈ, ਇਹਨਾਂ ਤੋਂ ਇਹ ਵੀ ਮਨਜ਼ੂਰ ਨਹੀਂ। ਹੁਣ ਇਹ ਭੱਜ ਨਹੀਂ ਸਕਦੇ, ਕਿਤੇ ਨਾ ਕਿਤੇ
ਇਹਨਾਂ ਨੂੰ ਵੀ ਡਰ ਲੱਗਦਾ ਹੈ ਵੀ ਇਹ ਐਕਸਪੋਜ਼ ਨਾ ਹੋ ਜਾਣ। ਗੱਲ ਕੁਛ ਨਹੀਂ, ਸਰਕਾਰ ਨੇ ਦੋਨੋਂ ਪਾਰਟੀਆਂ ਐਸਆਈਟੀ ਨੂੰ ਵਰਤਦੀਆਂ ਪਈਆਂ? ਬਿਲਕੁਲ ਨਹੀਂ ਜੀ, ਤਾਂ ਨਹੀਂ ਨਾ ਜੀ, ਨਾ ਜੀ, ਨਾ। ਮਿਸ਼ਨ 2019 ਦੇ ਵਿੱਚ ਦਬਾਅ ਖੜਾ ਕਰਕੇ ਨਹੀਂ ਜੀ। ਦੇਖੋ ਜੀ, ਸੋ ਫਾਰ 25 ਪੁਲਿਸ ਤੇ ਸਿਵਲ ਆਫੀਸਰਸ ਜਿਹੜੇ ਵੀ ਇਸ ਕੇਸ ਦੇ ਨਾਲ ਰਿਲੇਟਡ ਆ, ਦੇ ਹੈਵ ਬੀਨ ਕਨਵਿਕਟਡ। ਇਸ ਤੋਂ ਇਲਾਵਾ 129 ਲੋਕਾਂ ਨੂੰ ਅਰੈਸਟ ਕਰ ਚੁੱਕੀ ਹੈ ਸਾਡੀ ਸਰਕਾਰ, ਤੇ 10 ਲੋਕਾਂ ਨੂੰ ਕਨਵਿਕਟ ਕਰ ਚੁੱਕੇ ਆ। ਤੇ ਸਾਡੀ ਸਰਕਾਰ ਦੀ ਬੜਾ ਕਲੀਅਰ ਮੈਸੇਜ ਹੈ ਵੀ ਅਸੀਂ ਕੋਈ ਵੀ ਇਹੋ ਜਿਹਾ ਤੱਤ ਨਹੀਂ ਛੱਡਾਂਗੇ ਜਿਹੜਾ ਇਸ ਦੇ ਨਾਲ ਇਨਵੋਲਵ ਹੈ, ਜਿਹੜਾ ਵੀ ਇਨਵੋਲਵ ਹੈ ਉਹਦੇ ਤੇ ਕੇਸ ਕੀਤਾ ਜਾਵੇ। ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਕੁੰਵਰ ਵਿਜੇ ਪ੍ਰਤਾਪ ਟਾਰਗੇਟ ਕਿਉਂ ਹੈ? ਦੇਖੋ, ਕੁੰਵਰ ਵਿਜੇ ਪ੍ਰਤਾਪ ਬਾਰੇ ਜਿੱਦਾਂ ਹੁਣ ਅਕਾਲੀ ਦਲ ਦੇ ਮੇਰੇ ਬੁਲਾਰੇ ਵੀਰ ਨੇ ਆਖਿਆ, ਇਸ ਤਰ੍ਹਾਂ ਦੀ ਤੁਹਮਤਬਾਜ਼ੀ ਕਰਨਾ ਇਹ ਇੱਕ ਆਫੀਸਰ ਦੀ ਤੋਹੀਨ ਹੈਗੀ ਹੈ। ਕੁੰਵਰ ਵਿਜੇ ਪ੍ਰਤਾਪ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਇੱਕ ਨਿਰਧਰਕ ਅਤੇ ਦਲੇਰ ਆਫੀਸਰ ਹੈਗਾ। ਉਸਨੇ ਬਥੇਰਾ ਯਾਨੀ ਕਿ ਕੰਮ ਜਿਹੜਾ ਕੀਤਾ, ਵਧੀਆ ਕੰਮ ਕੀਤਾ ਹੈਗਾ, ਹੁਣ ਵੀ ਵਧੀਆ ਕਰ ਰਿਹਾ, ਔਰ ਸਾਨੂੰ ਉਮੀਦ ਹੈਗੀ ਹੈ ਅਤੇ ਜਦੋਂ ਤੱਕ ਉਹ ਸਿੱਟ ਦੇ ਵਿੱਚ ਹੈਗਾ। ਤੁਸੀਂ ਕੁੰਵਰ ਵਿਜੇ ਪ੍ਰਤਾਪ ਦੇ ਹੱਕ ਵਿੱਚ ਚੋਣ ਕਮਿਸ਼ਨ ਕੋਲ ਚੱਲ ਜਾਓ ਫਿਰ, ਤੁਸੀਂ ਕਿਉਂ ਨਹੀਂ ਗਏ? ਅਸੀਂ ਜਾਵਾਂਗੇ, ਬਿਲਕੁਲ ਜ਼ਰੂਰਤ ਪਈ ਤਾਂ ਬਿਲਕੁਲ ਜਾਵਾਂਗੇ, ਪਰ ਇਹ ਸਿਆਸਤ ਕਰ ਰਹੇ, ਦੋਨੋਂ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਬੇਸਿਕਲੀ। ਦੋਨੋਂ ਜਿਹੜਾ ਹੈਗਾ ਸਿੱਟ ਨੂੰ ਵਰਤ ਰਿਹਾ ਆਪਣੇ ਆਪਣੇ ਪਰਪਜ਼ ਦੇ ਲਈ। ਅਸੀਂ ਪਹਿਲਾਂ ਵੀ ਆਖਿਆ ਸੀ, ਜਦੋਂ ਤੁਸੀਂ ਦੇਖੋ 27 ਜਾਂ 28 ਅਗਸਤ ਦੀ ਗੱਲ ਹੈਗੀ ਹੈ, ਵਿਧਾਨ ਸਭਾ ਦੇ ਵਿੱਚ ਲਾਈਵ ਸੈਸ਼ਨ ਹੋਇਆ ਸੀ ਔਰ ਬੜੇ ਜ਼ੋਰ ਸ਼ੋਰ ਨਾਲ ਸਾਰੇ ਇਸ ਮੁੱਦੇ 'ਤੇ ਗੱਲਬਾਤ ਹੋਈ ਸੀ। ਈਵਨ ਜਿਹੜੇ ਕਾਂਗਰਸ ਦੇ ਵੱਡੇ ਕੈਬਨਿਟ ਮੰਤਰੀ ਸੀ ਉਹਨਾਂ ਨੇ ਵੀ ਝੋੜੀਆਂ ਅੱਡ ਅੱਡ ਕੇ ਕੈਪਟਨ ਸਾਹਿਬ ਨੂੰ ਆਖਿਆ ਸੀ ਔਰ ਬੜੇ ਜ਼ੋਰ ਸ਼ੋਰ ਨਾਲ ਭਾਸ਼ਣਬਾਜ਼ੀ ਕੀਤੀ ਸੀ, ਪਰ ਅੱਜ ਤੁਸੀਂ ਦੇਖੋ ਕਿੰਨੇ ਤਕਰੀਬਨ 7-8 ਮਹੀਨੇ ਹੋ ਗਏ ਆ, ਨਿਕਲਿਆ ਕੀ? ਕੁਝ ਵੀ ਨਹੀਂ। ਜਿਹੜੇ ਅਸਲ ਦੋਸ਼ੀ ਹੈ ਉਹਨਾਂ ਤੱਕ ਤਾਂ ਹਾਲੇ ਉਸ ਦੇ ਗਿਰੇਬਾਨ ਤੱਕ ਤਾਂ ਹੱਥ ਹਾਲੇ ਪਹੁੰਚ ਹੀ ਨਹੀਂ ਪਾ ਰਿਹਾ। ਕਿੱਥੇ ਜਾਣਾ ਚਾਹੀਦਾ? ਜੋ ਦੋਸ਼ੀ ਤੁਸੀਂ ਦੇਖੋ, ਰਣਜੀਤ ਸਿੰਘ ਕਮਿਸ਼ਨ ਹੈ, ਉਹ ਸ਼ਰਿਆਮ ਇੱਕ ਇਸ਼ਾਰਾ ਕਰ ਰਿਹਾ, ਜੋਰਾ ਸਿੰਘ ਕਮਿਸ਼ਨ ਸੀ ਉਹ ਇਸ਼ਾਰਾ ਕਰ ਰਿਹਾ, ਕੌਣ ਹੈ? ਨੈਚੁਰਲੀ ਹੈ, ਬਿਲਕੁਲ। ਉਸ ਵਕਤ ਮੈਂ ਨਾਮ ਦੱਸ ਦੇਣਾ, ਤੁਸੀਂ ਨਾਮ ਕਿਉਂ ਲਓਗੇ? ਮੈਂ ਨਾਮ ਲੈ ਰਿਹਾ, ਬਿਲਕੁਲ ਨਾਮ ਲੈ ਰਹੇ ਹਾਂ। ਉਹ ਰਿਪੋਰਟਸ ਬਿਲਕੁਲ ਇਹ ਦੱਸਦੀਆਂ, ਕਮਿਸ਼ਨ ਦੀ ਰਿਪੋਰਟ ਦੱਸਦੀ ਹੈ ਕਿ ਉਸ ਵਕਤ ਦਾ ਗ੍ਰਹਿ ਮੰਤਰੀ, ਉਸ ਵਕਤ ਦਾ ਮੁੱਖ ਮੰਤਰੀ ਇਸ ਦੇ ਲਈ ਦੋਸ਼ੀ ਹੈ, ਕਿਉਂਕਿ ਐਡਾ ਵੱਡਾ ਜਿਹੜਾ ਕਾਂਡ ਸੀ ਉਹ ਇਹਨਾਂ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦਾ ਸੀ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਰਾਮ ਰਹੀਮ ਤੱਕ ਜਾਂਚ ਦਾ ਘੇਰਾ ਪੈਂਦਾ ਜਾ ਰਿਹਾ, ਇਸ ਕਰਕੇ ਸਿਆਸਤ ਹੋ ਰਹੀ ਹੈ ਜਾਂ ਮਿਸ਼ਨ 2019 ਕਰਕੇ ਸਿਆਸਤ ਹੋ ਰਹੀ ਹੈ, ਜਾਂ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਵਾਕਈ ਇਹੋ ਜਿਹੇ ਐਲੀਗੇਸ਼ਨ ਹੈਗੇ ਆ ਜੋ ਅਕਾਲੀ ਦਲ ਕਹਿ ਰਿਹਾ, ਉਹਨਾਂ ਦੀ ਕਾਰਗੁਜ਼ਾਰੀ ਦੇਖ ਲਓ ਜੀ, 2 ਮਹੀਨੇ ਤੋਂ ਬਿਆਨਬਾਜ਼ੀ ਕਰ ਰਹੇ, ਕੀ ਲੱਗਦਾ? ਇਹਨਾਂ ਤਿੰਨਾਂ ਮੈਂ ਵੱਖ ਵੱਖ ਜਵਾਬ ਦਿਆਂਗਾ। ਪਹਿਲੇ ਤਾਂ ਮੇਰੀ ਸਮਝ ਨਹੀਂ ਆਉਂਦਾ ਇਲੈਕਸ਼ਨ ਕਮਿਸ਼ਨ ਕੀ ਹੈਗਾ ਭਾਰਤ ਦੇ ਵਿੱਚ। ਮੇਰੇ ਖਿਆਲ TN ਸੈਸ਼ਨ ਦੇ ਬਾਅਦ ਤਾਂ ਕੋਈ ਇਲੈਕਸ਼ਨ ਕਮਿਸ਼ਨ ਸੀ ਨਹੀਂ। ਹੋਣਾ ਹੈਗਾ ਕੋਈ ਅਧਾਰਾ ਜਿਹਦੇ ਕੰਮ ਹੈਗਾ ਦਫ਼ਤਰ ਜਾ ਕੇ ਸੌਂ ਜਾਓ, ਜਿਹਦੇ 'ਚ ਜਿਹੜੇ ਪੋਲੀਟੀਸ਼ੀਅਨ ਚਾਹੇ ਪਹਿਲੇ ਕਾਂਗਰਸ ਸੀ ਹੁਣ ਚਾਹੇ ਜਿਹੜੀ ਹੈਗੀ ਉਹਨਾਂ ਦੇ ਜਿਹੜੇ ਆਪਣੇ ਬੰਦੇ ਹੈਗੇ ਨੇ ਬੈਠੇ। ਮੈਂ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਜਾਣਦਾ। ਹੁਣ ਗੱਲ ਆਉਂਦੀ ਹੈਗੀ ਇਹ ਜਿਹੜਾ ਸਿਆਸੀ ਕਾਰਵਾਈ ਦੀ ਗੱਲ ਹੈਗੀ ਹੈ। ਹਾਂ, ਇਹ ਗੱਲ ਠੀਕ ਹੈਗੀ ਹੈ ਕਿ ਜਿਹੜੇ ਵੀ ਤਾਰ ਜਾ ਰਹੇ ਹੈਗੇ ਨੇ ਉਹ ਰਾਮ ਰਹੀਮ ਵੱਲ ਜਾ ਰਹੇ ਹੈਗੇ ਨੇ, ਔਰ ਇਹ ਉਹੀ ਵਿਜੇ ਪ੍ਰਤਾਪ ਹੈਗਾ ਹੈ ਜਿਹਨੂੰ ਕਿ ਅਕਾਲੀਆਂ ਵੱਲੋਂ ਵੀ ਇੰਨਾ ਮਾਨ ਦਿੱਤਾ ਗਿਆ ਸੀ, ਉਹਨੂੰ ਪੁਲਿਸ ਕਮਿਸ਼ਨਰ ਬਣਾਇਆ ਗਿਆ ਸੀ ਅੰਮ੍ਰਿਤਸਰ ਦਾ, ਹੁਣ ਜਿਹੜਾ ਹੈਗਾ ਹੈ ਹੀ ਇਜ਼ ਡੂਇੰਗ ਗੁੱਡ ਵਰਕ। ਔਰ ਤੀਜਾ ਸਵਾਲ ਤੁਹਾਡਾ ਜਿਹੜਾ ਸੀ ਕਿ ਜਿੰਨੇ ਵੀ ਤੜੇ ਹੈਗੇ ਨੇ ਇਸ ਗੱਲ ਦੇ ਉੱਤੇ ਪੋਲੀਟੀਸਾਈਜ਼ ਕਰ ਰਹੇ ਹੈਗੇ ਨੇ, ਆਪਣੀ ਸਿਆਸਤਬਾਜ਼ੀ ਕਰ ਰਹੇ ਹੈਗੇ ਨੇ, ਔਰ ਅਲਟੀਮੇਟਲੀ ਇਨ ਦੋਵਾਂ ਦੀ ਇੱਕ ਸਾਂਝ ਆਏਗੀ, ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਮਾਈ ਬੈਕ। ਪ੍ਰਸਮਨੀ ਸਿੰਘ ਨੇ ਤਾਂ ਗੱਲ ਹੀ ਬੜੀ ਸਿਰੇ ਲਾਤੀ ਸਤਿ ਸ਼੍ਰੀ ਅਕਾਲ ਜੀ ਨੇ, ਇਹ ਤਾਂ ਕਹਿੰਦੇ ਇੱਕ ਦੂਜੇ ਨੂੰ ਬਸ ਹੁਲਾਰਾ ਦੇਈ ਜਾਂਦੇ। ਕੁਛ ਕੁ ਚਲੋ ਇਹਦੇ 'ਚ ਸੱਚਾਈ ਹੈਗੀ ਆ, ਮੈਂ ਬਹੁਤ ਪੁਲਿਸ ਵਾਲਿਆਂ ਤੋਂ ਵੈਸੇ ਤਾਂ ਝਿਜਕਦਾ ਵੀ ਆ ਮਿਲਣ ਤੋਂ, ਅਤੇ ਥੋੜ੍ਹੀ ਜਿਹਾ ਕੋਈ ਦਿਲਚਸਪੀ ਵੀ ਘੱਟ ਹੁੰਦੀ ਹੈ, ਪਰ ਇੱਕ ਫੰਕਸ਼ਨ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਅਸੀਂ ਦੋਵਾਂ ਦਾ ਲੈਕਚਰ ਸੀ, ਮੈਂ ਉਹਨਾਂ ਨੂੰ ਮਿਲਿਆ, 2 ਸਾਲ ਹੋਏ ਆ। ਮੈਂ ਹੈਰਾਨ ਹਾਂ ਕਿ ਐਡੇ ਵਧੀਆ ਪੁਲਿਸ ਅਫੀਸਰ ਪੁਲਿਸ ਦੇ ਵਿੱਚ ਹੈਗੇ ਆ, ਔਰ ਮੈਨੂੰ ਚੰਗਾ ਲੱਗਾ, ਔਰ ਟੂ ਦੀ ਐਕਸਟੈਂਟ ਕਿ ਮੈਂ ਉਹਨਾਂ ਦਾ ਫੋਨ ਵੀ ਸੇਵ ਕੀਤਾ, ਮੈਨੂੰ ਕੋਈ ਹਰਜ ਨਹੀਂ ਹੈ ਗੱਲ ਕਹਿਣ ਦਾ। ਉਹਨਾਂ ਬਾਰੇ ਜਿੰਨਾ ਕੁ ਮੈਂ ਜਾਣਦਾ ਕਿ ਇੱਕ ਅਪਰਾਈਟ ਆਫੀਸਰ ਆ, ਜਿਹਨੇ ਡਾਕਟਰੇਟ ਕੀਤੀ ਆ, ਜਿਹਨੇ ਲਾਅ ਕੀਤੀ ਹੋਈ ਆ, ਜਿਹਨੇ ਜਿਹੜਾ ਜਿਹਨੂੰ ਬੜੇ ਮੈਡਲ ਵੀ ਮਿਲੇ ਹੋਏ ਆ, ਨਾਟ ਓਨਲੀ ਦੈਟ ਜਿਹੜਾ ਭਗਤ ਕਬੀਰ 'ਤੇ ਵੀ ਕਿਤਾਬਾਂ ਜਿਹਨਾਂ ਨੇ ਲਿਖੀਆਂ ਹੋਈਆਂ, ਮਤਲਬ ਇਸ ਕਿਸਮ ਦਾ ਇੱਕ ਪੜ੍ਹਿਆ ਲਿਖਿਆ ਅਪਰਾਈਟ ਫਿਲੋਸਫੀ 'ਚ ਪੜ੍ਹੇ ਹੋਏ ਆ, ਸੰਸਕ੍ਰਿਤ ਦੇ ਵਿੱਚ ਪੜ੍ਹੇ ਹੋਏ ਆ, ਕਿਹੜੀ ਗੱਲ ਉਹਨਾਂ ਨੇ ਨਹੀਂ? ਮੈਨੂੰ ਲੱਗਦਾ ਮੈਨੂੰ ਇਹ ਲੱਗਦਾ ਕਿ ਜੋ ਜਿਸ ਕਿਸਮ ਦੀ ਇਹ ਦੇਖੋ ਪੋਲੀਟਿਕਸ ਦਾ ਮਤਲਬ ਇਹ ਜਿਹੜੀ ਓਰੀਐਂਟੇਸ਼ਨ ਹੈ ਉਹਨਾਂ ਦੀ ਔਰ ਜਿਹੜੀ ਅਪਰਾਈਟਨੈਸ ਆ, ਜਦੋਂ ਸਾਰੇ ਬੰਦੇ ਹਰ ਬੰਦਾ ਇਹ ਦਵਾਈ ਪਾਉਂਦਾ ਪੋਲੀਟੀਸ਼ੀਅਨ KP ਸਿੰਘ ਲਾਅ ਵਿਲ ਟੇਕ ਇਟਸ ਓਨ ਕੋਰਸ, ਕਾਨੂੰਨ ਆਪਣਾ ਆਪਣਾ ਕੰਮ ਕਰੂਗਾ, ਜਦੋਂ ਕਾਨੂੰਨ ਬੰਦੇ ਦਾ ਹੀ ਕੰਮ ਕਰਨਾ, ਇੱਕ ਬੰਦਾ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦਾ, ਕਾਨੂੰਨ ਦੀ ਸੇਧ ਵਿੱਚ ਕੰਮ ਕਰਨਾ ਚਾਹੁੰਦਾ, ਤੁਹਾਨੂੰ ਫਿਰ ਕਿਉਂ ਬ੍ਰੇਕ ਤੋਂ ਵਾਪਸ ਆਵਾਂਗੇ। ਗੋਲੀਕਾਂਡ ਵਿਜੇ ਤੋਂ 2019 ਮਿਸ਼ਨ 2019 ਨਾਲ ਤਲਕ ਕੀ ਹੈਗਾ, ਸਾਰੀ ਇਸ ਸਿਆਸਤ ਦਾ ਸਵਾਲ ਇੱਥੇ ਇੱਕ ਰੁਕਦਾ ਹੈਗਾ, ਕੁੰਵਰ ਵਿਜੇ ਪ੍ਰਤਾਪ ਸਿੰਘ ਕੀ ਟਾਰਗੇਟ ਕਿਉਂ, ਪੂਰੀ SIT ਕਿਉਂ ਨਹੀਂ? ਬ੍ਰੇਕ ਤੋਂ ਵਾਪਸ ਆ ਰਹੇ ਹਾਂ।
ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਐਸ ਆਈ ਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਸਿਆਸਤ ਨੂੰ ਸ਼ਿਕਾਇਤ ਕਿਉਂ ਹੈ ਕੀ ਹੈ? ਸ਼ਸ਼ੀ ਕਾਂਤ ਜੀ, ਤੁਸੀਂ ਜਿਹਨਾਂ ਦਾ ਪ੍ਰਬੰਧ ਬੜਾ ਦੇਖਿਆ, ਡੀ ਜੀ ਪੀ ਰਹੇ ਹੋ ਤੁਸੀਂ, ਇਹਦੇ ਵਿੱਚ ਲੋਕ ਕਮਿਸ਼ਨ ਦੇ ਵਿੱਚ ਭੂਮਿਕਾ ਨਿਭਾਈ ਹੈਗੀ ਆ ਬੇਅਦਬੀ ਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਵਿੱਚ। ਸਵਾਲ ਹੈਗਾ ਸ਼ਸ਼ੀ ਕਾਂਤ ਜੀ, ਪੁਲਿਸ ਦਾ ਪ੍ਰੋਟੋਕੋਲ ਕੀ ਕਹਿੰਦਾ? ਐਸ ਆਈ ਟੀ ਮੈਂਬਰ ਹੋਣ ਦੇ ਨਾਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੀਡੀਆ ਦੇ ਅੱਗੇ ਬੋਲਣਾ ਚਾਹੀਦਾ ਕਿ ਨਹੀਂ? ਦੇਖੋ, ਜਦੋਂ ਵੀ ਕੋਈ ਵੀ ਆਰਗੇਨਾਈਜੇਸ਼ਨ ਬਣਦਾ ਹੈਗਾ, ਸਟੇਟ ਜਾਂ ਜੋ ਕੁਛ ਵੀ ਹੈਗਾ, ਉਹਦਾ ਇੱਕ ਸਪੋਕਸਪਰਸਨ ਜ਼ਰੂਰ ਬਣ ਜਾਂਦਾ ਹੈਗਾ, ਚਾਹੇ ਤੁਸੀਂ ਉਹਨੂੰ ਲੀਗਲੀ ਬਣਾਓ, ਚਾਹੇ ਉਹਨੂੰ ਆਪਣੇ ਆਪ ਜਿਹੜਾ ਹੈਗਾ ਸਪੋਕਸਪਰਸਨ ਬਣ ਜਾਂਦਾ ਹੈਗਾ। ਜਿੰਨਾ ਮੈਂ ਵਿਜੇ ਨੂੰ ਜਾਣਦਾ ਹੈਗਾ, ਹੀ ਇਜ਼ ਵੈਰੀ ਅਪਰਾਈਟ ਆਫਿਸਰ, ਜਿਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੁੰਦੀ ਹੈਗੀ ਹੈ। ਔਰ ਜਿੱਥੇ ਵੀ ਉਹ ਰਿਹਾ ਹੈਗਾ, ਚਾਹੇ ਅੰਮ੍ਰਿਤਸਰ ਦੀ ਗੱਲ ਕਰ ਲਓ, ਚਾਹੇ ਜਿੱਥੇ ਵੀ ਗੱਲ ਕਰ ਲਓ, ਉਹਨੇ ਹਮੇਸ਼ਾ ਇੱਕ ਪੁਲਿਸ ਡਿਪਾਰਟਮੈਂਟ ਹੈ ਜਿਹੜੇ ਵੀ ਅਦਾਰੇ ਦੇ ਵਿੱਚ ਰਿਹਾ ਹੈਗਾ, ਉਹਦੇ ਸਪੋਕਸਪਰਸਨ ਦੇ ਰੂਪ ਦੇ ਵਿੱਚ ਹਮੇਸ਼ਾ ਆਇਆ ਹੈ। ਨਹੀਂ, ਪੂਰੀ ਐਸ ਆਈ ਟੀ 'ਤੇ ਸਵਾਲ ਕਿਉਂ ਨਹੀਂ, ਇਕੱਲੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਕਿਉਂ? ਪੂਰੀ ਐਸ ਆਈ ਟੀ 'ਤੇ ਇਸ ਕਰਕੇ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਹੀ ਹੈਜ਼ ਟਰਨਡ ਆਊਟ ਟੂ ਬੀ ਸਪੋਕਸਪਰਸਨ ਆਫ ਦਾ ਐਸ ਆਈ ਟੀ ਆਲਸੋ, ਕਿਉਂਕਿ ਹੀ ਸੱਚ ਅ ਡਾਇਨਾਮਿਕ ਆਫਿਸਰ, ਕਿ ਉਸ ਡਾਇਨਾਮਿਕ ਆਫਿਸਰ ਨੂੰ ਤੁਸੀਂ ਛੁਪਾ ਕੇ ਨਹੀਂ ਰੱਖ ਸਕਦੇ ਹੋ। ਜਿੱਥੇ ਵੀ ਰਿਹਾ ਹੈਗਾ, ਹੀ ਇਜ਼ ਆਲਵੇਜ਼ ਰਿਪ੍ਰੈਜ਼ੈਂਟਿਡ ਦ ਟਰੂਥ ਐਟ ਦਾ ਪੁਲਿਸ ਡਿਪਾਰਟਮੈਂਟ। ਇਸ ਕਰਕੇ ਉਹ ਹੈਗਾ ਕਿ ਐਸ ਆਈ ਟੀ ਦੇ ਬਾਕੀ ਮੈਂਬਰ ਜਿਹੜੇ ਹੈਗੇ ਨੇ, ਹਰ ਬੰਦਾ ਨਹੀਂ ਬੋਲ ਸਕਦਾ ਹੈ, ਇੱਕ ਡੈਜ਼ਿਗਨੇਟਿਡ ਚੀਜ਼ ਹੋ ਜਾਂਦੀ ਹੈਗੀ ਹੈ ਕਿ ਇੱਥੇ ਏ ਬੀ ਸੀ ਦੇ ਵਿੱਚ ਕਿਹੜਾ ਬੰਦਾ ਜਿਹੜਾ ਹੈਗਾ ਆਈਦਰ ਪ੍ਰੋਫੈਸ਼ਨਲੀ ਡੈਜ਼ਿਗਨੇਟਿਡ ਔਰ ਇਨਫੋਰਮਲੀ ਡੈਜ਼ਿਗਨੇਟਿਡ, ਇਹ ਗੱਲਬਾਤ ਕਰੇਗਾ, ਦੈਟ ਇਜ਼ ਦਾ ਰੀਜ਼ਨ। ਠੀਕ ਹੈ, ਨਰਿੰਦਰ ਸਿੰਘ ਆਖਰੀ, ਕੁੰਵਰ ਵਿਜੇ ਪ੍ਰਤਾਪ ਸਿੰਘ ਮੀਡੀਆ ਦੇ ਅੱਗੇ ਬੋਲਣਾ ਬੰਦ ਕਰ ਦੇਣ, ਸ਼੍ਰੋਮਣੀ ਅਕਾਲੀ ਦਲ ਆਪਣੀ ਸ਼ਿਕਾਇਤ ਵਾਪਸ ਲੈ ਲਊਗਾ? ਨਹੀਂ, ਕੇ ਪੀ ਜੀ, ਪਹਿਲਾਂ ਤਾਂ ਮੈਂ ਬੜੇ ਸਤਿਕਾਰਯੋਗ ਆ ਡੀ ਜੀ ਪੀ ਰਹੇ ਆ ਸ਼ਸ਼ੀ ਕਾਂਤ ਜੀ, ਇਹਨਾਂ ਨੇ ਸਿੱਧਾ ਹਮਲਾ ਕੀਤਾ ਕਿ ਕਾਂਗਰਸ ਅਤੇ ਅਕਾਲੀ ਰਲ ਕੇ ਗੇਮ ਚਲਾ ਰਹੇ ਆ। ਜੇ ਅਕਾਲੀ ਦਲ ਅਤੇ ਕਾਂਗਰਸ ਰਲ ਕੇ ਗੇਮ ਚਲਾਉਂਦੀ ਹੁੰਦੀ ਤਾਂ ਸਾਨੂੰ ਤਾਂ ਫਿਰ ਚੁੱਪ ਕਰਕੇ ਬਹਿ ਜਾਣਾ ਚਾਹੀਦਾ ਸੀ। ਜੇ ਕਾਂਗਰਸ ਸਾਡੀ ਮਦਦ, ਕਾਂਗਰਸ ਤਾਂ ਹਰ ਮੁਕਾਮ 'ਤੇ, ਹਰ ਸਟੇਜ 'ਤੇ, ਹਰ ਫਰੰਟ ਦੇ ਉੱਤੇ ਅਕਾਲੀ ਦਲ ਨੂੰ ਕੋਈ ਐਸਾ ਪੁਆਇੰਟ ਨਹੀਂ ਜਾਣ ਦੇਣਾ ਚਾਹੁੰਦੀ ਜਿੱਥੇ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਨਾ ਘੇਰੇ। ਲੇਕਿਨ ਦੋਸ਼ ਆਮ ਆਦਮੀ ਪਾਰਟੀ ਵਾਲੇ ਵੀ ਲਾ ਰਹੇ ਹੈ, ਮਾਨਯੋਗ ਰਿਟਾਇਰਡ ਡੀ ਜੀ ਪੀ ਸਾਹਿਬ ਵੀ ਲਾ ਰਹੇ ਹੈ, ਸਾਡੇ ਸਤਿਕਾਰਯੋਗ ਐਨਲਿਸਟ ਪ੍ਰੋਫੈਸਰ ਮਨਜੀਤ ਸਿੰਘ ਵੀ ਲਾ ਰਹੇ ਹੈ, ਕੋਈ ਦੋਸ਼ ਨਹੀਂ ਲਾਇਆ। ਨਹੀਂ, ਤੁਸੀਂ ਆਖਿਆ ਨਾ ਵੀ ਇਹ ਗੇਮ ਹੈ ਅਕਾਲੀ ਦਲ ਤੇ ਕਾਂਗਰਸ ਦੀ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਗੇਮ ਅਸੀਂ ਨਹੀਂ ਕਿਹਾ, ਮੈਂ ਕਿਹਾ ਸਟ੍ਰੈਚ ਯੋਰ ਬੈਕ, ਆਈ ਸਟ੍ਰੈਚ ਯੋਰ ਬੈਕ। ਗੱਲ ਇਨਡਾਇਰੈਕਟ ਹੈ, ਗਲਤ ਇਸ਼ੂ ਤਾਂ ਉਹੀ ਹੈ ਨਾ, ਮੁੱਦਾ ਤਾਂ ਉਹੀ ਹੈ ਡੀ ਜੀ ਪੀ ਸਾਹਿਬ, ਮੁੱਦਾ ਇਹ ਹੈ ਕੇ ਪੀ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜ ਮੈਂਬਰੀ ਸਿੱਟ ਦੇ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਅਕਾਲੀ ਦਲ ਨੂੰ ਕੋਈ ਇਤਰਾਜ਼ ਨਹੀਂ, ਕੋਈ ਹਰਜ ਨਹੀਂ, ਜੇ ਉਹ ਇੱਕ ਪੁਲਿਸ ਦੇ ਅਧਿਕਾਰੀ ਦੇ ਤੌਰ 'ਤੇ ਨਿਰਪੱਖ ਹੋ ਕੇ ਆਪਣੀ ਜਾਣ ਕਰੇ ਜਾਂ ਕਾਰਵਾਈ ਕਰੇ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਐਡੇ ਬੜੇ ਲੋਇਲ ਅਫਸਰ, ਜਿਹਨੂੰ ਸਾਰੇ ਸਤਿਕਾਰ ਨਾਲ ਇਮਾਨਦਾਰ ਅਤੇ ਨਿਡਰ ਅਫਸਰ ਕਹਿੰਦੇ ਆ, ਉਹ ਕਿਸ ਪ੍ਰੈਸ਼ਰ ਥੱਲੇ ਕੰਮ ਕਰ ਰਿਹਾ, ਇਹ ਦੇਖਣ ਵਾਲੀ ਗੱਲ ਹੈ। ਪੰਜ ਮੈਂਬਰਾਂ ਦੇ ਵਿੱਚੋਂ ਚੇਅਰਮੈਨ ਸ਼੍ਰੀ ਪ੍ਰਮੋਦ ਬਾਨ ਜੀ ਦਾ ਅੱਜ ਤੱਕ ਕੋਈ ਬਿਆਨ ਦਿਖਾ ਦਿਓ ਇਸ ਸਿੱਟ ਦੇ ਸੰਬੰਧ 'ਚ। ਇਕੱਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵਰਤਿਆ ਜਾ ਰਿਹਾ ਜਾਂ ਉਹ ਕਾਂਗਰਸ ਨਾਲ ਰਲੇ ਹੋਏ ਹੈ, ਇਹ ਆਉਣ ਵਾਲਾ ਸਮਾਂ ਦੱਸੂਗਾ। ਲੇਕਿਨ ਜੋ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ ਦਿੱਲੀ ਦੇ ਵਿੱਚ, ਉਹ ਇਹੀ ਕੀਤੀ ਹੈ। ਦਿੱਲੀ ਕਿਉਂ ਕੀਤੀ ਸ਼ਿਕਾਇਤ ਤੁਸੀਂ? ਕਿਉਂਕਿ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਿੱਲੀ 'ਚ ਹੈ, ਇੱਥੇ ਨਹੀਂ ਕਰ ਸਕਦੇ। ਨਹੀਂ ਨਹੀਂ ਕਰ ਸਕਦੇ। ਦੇਖੋ, ਇਹ ਲੋਕ, ਇਹ ਵਿਧਾਨ ਸਭਾ ਦੀ ਚੋਣ ਨਹੀਂ ਹੋ ਰਹੀ, ਲੋਕ ਸਭਾ ਦੀ ਚੋਣਾਂ ਹੋ ਰਹੀਆਂ। ਲੋਕ ਸਭਾ ਦੇ ਇਸ਼ੂ ਦੇ ਉੱਤੇ ਅਸੀਂ ਚੀਫ ਇਲੈਕਸ਼ਨ ਕਮਿਸ਼ਨ ਮੰਗੜ ਸਾਹਿਬ ਇੰਡੀਆ ਦੇ ਕੋਲ ਕੰਪਲੇਂਟ ਦਾਇਰ ਕੀਤੀ ਹੈ ਕਿ ਇਹਨਾਂ ਨੂੰ ਜਦੋਂ ਤੱਕ ਇਲੈਕਸ਼ਨਾਂ ਨਹੀਂ ਸੰਪੂਰਨ ਹੁੰਦੀਆਂ ਉਹ ਇਸ ਸਿੱਟ ਤੋਂ ਪਾਸੇ ਹਟਾਇਆ ਜਾਵੇ। ਮੰਗੜ ਸਾਹਿਬ, ਤੁਸੀਂ ਵੀ ਉੱਥੇ ਦਿੱਲੀ ਜਾ ਕੇ ਸ਼ਿਕਾਇਤ ਕਰਦੇ ਫਿਰ ਇਹਨਾਂ ਦੇ ਖਿਲਾਫ, ਤੁਸੀਂ ਇੱਥੇ ਕੀਤੀ ਹੈ ਲੋਕਲ? ਦੇਖੋ ਜੀ, ਕੀ ਚੱਕਰ ਹੈ, ਗੱਲ ਇਹ ਹੈ ਵੀ ਬੰਦਾ ਕੁਛ ਵੀ ਸੋਚ ਸਕਦਾ ਹੈ, ਆਪਾਂ ਇੱਕ ਡੈਮੋਕ੍ਰੇਟਿਕ ਕੰਟਰੀ 'ਚ ਰਹਿੰਦੇ ਹਾਂ, ਇਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਦਾ ਵਰਜਨ ਸਹੀ ਹੈ, ਪਰ ਜਿਹੜਾ ਵਰਜਨ ਸਹੀ ਹੈ ਉਹ ਦੁਨੀਆ ਦੇ ਅੱਗੇ ਹੈ, ਇਹਨਾਂ ਨੂੰ ਲੋਕ ਨਕਾਰ ਚੁੱਕੇ ਹੈ, ਹੁਣ ਇਹਨਾਂ ਨੂੰ ਡਰ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹਨਾਂ ਵੱਲ ਨਾ ਸੂਈ ਘੁੰਮ ਜੇ। ਪੁਲਿਸ ਆਪਦਾ ਕੰਮ ਕਰ ਰਹੀ ਹੈ, ਦੇਖੋ ਕੋਈ ਵੀ ਇਨਵੈਸਟੀਗੇਸ਼ਨ ਹੁੰਦੀ ਹੈ, ਕੋਈ ਵੀ ਇਨਕੁਆਇਰੀ ਹੁੰਦੀ ਹੈ, ਕੋਈ ਵੀ ਮਤਲਬ ਪੁਲਿਸ ਸੌਖਾ ਸਵਾਲ ਕਰ ਲਿਆ ਕਿ ਮੰਗੜ ਸਾਹਿਬ ਸੌਖਾ ਸਵਾਲ ਕਰ ਲਾ, ਸੌਖਾ ਜਿਹਾ ਸਵਾਲ ਕਰ ਲਿਆ। ਹਾਂਜੀ, ਲੋਕਾਂ ਦੇ ਮਨਾਂ ਵਿੱਚ, ਹਾਂਜੀ, ਕਾਂਗਰਸ ਨੇ ਕਿੰਨੀਆਂ ਚੋਣਾਂ ਐਸ ਆਈ ਟੀ ਦੇ ਮੁੱਦੇ ਤੇ ਲੜਨੀਆਂ? ਕਿੰਨੀਆਂ ਚੋਣਾਂ ਐਸ ਆਈ ਟੀ? ਜਿਮਨੀ ਚੋਣ ਹੋ ਗਈਆਂ, ਮੈਂ ਸੌਖਾ ਸਵਾਲ, ਲੋਕੀ ਪੁੱਛਦੇ ਪਿਆ। ਦੇਖੋ, ਮੈਂ ਤਾਂ ਲੋਕਾਂ ਦਾ ਸਵਾਲ ਕਰਦਾ ਹਾਂ। ਬਿਲਕੁਲ ਬਿਲਕੁਲ, ਦੇਖੋ ਜੀ, ਇਨਵੈਸਟੀਗੇਸ਼ਨ ਹੋ ਰਹੀ ਹੈ, ਇਨਵੈਸਟੀਗੇਸ਼ਨ ਮੁਕੰਮਲ ਕੌਣ ਨਹੀਂ ਹੋਣ ਦੇਣਾ ਚਾਹੁੰਦਾ, ਇਹਦੇ ਤੇ ਅੜਕਣਾ ਕੌਣ ਲਾਉਣਾ ਚਾਹੁੰਦਾ? ਹੁਣ ਕੁੰਵਰ ਵਿਜੇ ਪ੍ਰਤਾਪ ਇੱਕ ਪੁਆਇੰਟ ਆਫ ਕੰਟੈਕਟ ਨੇ, ਕੋਈ ਵੀ ਇਨਵੈਸਟੀਗੇਸ਼ਨ ਕਿੱਥੇ ਤੱਕ ਗਈ, ਉਹ ਪਬਲਿਕ ਡੋਮੇਨ ਦੇ ਵਿੱਚ ਕਿਵੇਂ ਆਊਗੀ, ਉਹ ਉਹਨਾਂ ਦੇ ਥਰੂ ਆ ਰਹੀ ਹੈ, ਹੁਣ ਅਟਕਣਾ ਕੌਣ ਲਾਉਣਾ ਚਾਹੁੰਦਾ? ਪੁਆਇੰਟ ਇਹ ਹੈ ਵੀ ਜੇ ਤੁਸੀਂ ਨਿਰਪੱਖ ਇਹਨਾਂ ਦੀ ਜਾਂਚ ਹੋ ਲੈਣ ਤੋਂ ਡਰਦੇ ਕਿਉਂ? ਜੇ ਤੁਸੀਂ ਨਹੀਂ ਕੁਛ ਕੀਤਾ, ਵਾਈ ਆਰ ਯੂ ਸਕੇਰਡ? ਤੁਸੀਂ ਫੇਸ ਦੀ ਹੀਟ? ਨਹੀਂ ਨਹੀਂ, ਨਾ ਇਫ ਯੂ ਕੈਨ ਨਾਟ ਸਟੈਂਡ ਦੀ ਹੀਟ, ਨਾ ਡਰਦੇ ਤੁਹਾਡੇ ਤੋਂ।
ਲੋਕਾਂ ਦੀ ਸ਼ਿਕਾਇਤਾਂ ਤੇ ਇੰਨੀਆਂ ਜ਼ਿਆਦਾ, ਉਹਨਾਂ ਤੋਂ ਕੋਈ ਅਡਰੈਸ ਹੀ ਨਹੀਂ ਕਰਦਾ ਪਿਆ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ, ਡੀਜੀਪੀ ਸਾਹਿਬ ਨੇ ਸਹੀ ਆਖਿਆ, ਪ੍ਰੋਫੈਸਰ ਸਾਹਿਬ ਨੇ ਵੀ ਇਹ ਆਖਿਆ, ਇਹਨਾਂ ਨੇ ਨਾ ਇਸ ਮੁੱਦੇ ਨੂੰ ਵੈਸੇ ਜ਼ਿੰਦਾ ਰੱਖਣਾ, ਹਾਲੇ ਦਾ ਕੁਝ ਮੁਕਾਮ ਤੱਕ ਇਹਨਾਂ ਨੇ ਲੈ ਕੇ ਜਾਣਾ ਨਹੀਂ। ਜਿਵੇਂ ਅਕਾਲੀ ਦਲ 84 ਦੇ ਦੰਗਿਆਂ ਨੂੰ ਵਰਤਦਾ, ਕਾਂਗਰਸ ਨਸਲਕੁਸ਼ੀ ਨੂੰ ਵਰਤਦਾ। ਰੈਲੀ ਦਾ ਮੁੱਦਾ ਕੀ ਸੀ ਇਹ ਵੀ ਮੈਨੂੰ ਦੱਸ ਦਿਓ ਸਰ। ਤੁਸੀਂ ਤੁਹਾਡੀ ਰੀਸੈਂਟ ਗੁਰਪ੍ਰਤਾਪ ਬਾਂਗੜ ਸਾਹਿਬ, ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ, ਮੈਨੂੰ ਆਪਦੀ ਗੱਲ ਕਹਿਣ ਦਾ ਪੂਰਾ ਹੱਕ ਹੈ, ਮੈਨੂੰ ਆਪਣੀ ਗੱਲ ਕਹਿਣ ਦਿਓ। ਇਸੇ ਤਰ੍ਹਾਂ ਜਿਹੜਾ ਅਕਾਲੀ ਦਲ ਸਾਡੀ ਕਾਂਗਰਸ ਹੈਗੀ ਹੈ, ਉਹ ਜਿਹੜਾ ਹੈਗਾ ਬੇਅਦਬੀ ਕਾਂਡ ਨੂੰ ਜਿਹੜਾ ਹੈਗਾ ਮੁਕਾਮ ਤੱਕ ਨਹੀਂ ਪਹੁੰਚਾਉਣਾ ਚਾਹੁੰਦੀ, ਦੋਸ਼ੀਆਂ ਤੱਕ ਨਹੀਂ ਪਹੁੰਚਣਾ ਚਾਹੁੰਦੀ, ਸਿਰਫ ਵਰਤਣਾ ਚਾਹੁੰਦੀ ਹੈ। ਜਿੱਥੋਂ ਤੱਕ ਅਕਾਲੀ ਦਲ ਦਾ ਸੰਬੰਧ ਹੈਗਾ, ਇਹ ਲਗਾਤਾਰ ਬੇਸਿਕਲੀ ਇੱਕ ਬਹਾਨੇਬਾਜ਼ੀ ਕਰ ਰਿਹਾ, ਚੋਰ ਦੀ ਦਾੜੀ 'ਚ ਤਿਨਕੇ ਵਾਲੀ ਗੱਲ ਹੈਗੀ ਹੈ। ਇਹ ਅਕਤੂਬਰ 2015 ਦੇ ਵਿੱਚ ਬੇਅਦਬੀ ਹੋਈ ਅਤੇ ਗੋਲੀਕਾਂਡ ਹੋਇਆ, ਉਸ ਤੋਂ ਬਾਅਦ 3.5 ਸਾਲ ਇਹਨਾਂ ਦੀ ਆਪਣੀ ਸਰਕਾਰ ਸੀ। ਜੇ ਅੱਜ ਇਹ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਉਂਗਲੀ ਚੁੱਕ ਰਹੇ ਨੇ, ਪਹਿਲਾਂ ਜੋਰਾ ਸਿੰਘ ਕਮਿਸ਼ਨ ਇਹਨਾਂ ਨੇ ਆਪ ਬਣਾਇਆ, ਉਹਦੀ ਰਿਪੋਰਟ ਤੱਕ ਨਹੀਂ ਲਈ, ਰਣਜੀਤ ਸਿੰਘ ਕਮਿਸ਼ਨ ਦੇ ਉੱਤੇ ਇਹਨਾਂ ਨੇ ਉਂਗਲ ਕੀਤੀ ਕਿ ਸਿਰਫ ਇਹੀ ਸੱਚੇ ਆ, ਬਾਕੀ ਸਾਰੇ ਗਲਤ ਹੈਗੇ ਆ। ਜੇਕਰ ਇਹਨਾਂ ਨੂੰ ਇਹ ਲੱਗਦਾ ਹੈਗਾ ਤਾਂ 1.5 ਸਾਲ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ, ਉਦੋਂ ਕਮਿਸ਼ਨ ਬਣਾ ਕੇ ਉਦੋਂ ਸਿੱਟ ਬਣਾ ਕੇ ਦੋਸ਼ੀਆਂ ਨੂੰ ਜਾਣੀ ਕਿ ਹੈਗਾ ਸਜ਼ਾ ਕਿਉਂ ਨਹੀਂ ਦਿੱਤੀ? ਇਹ ਸਿਰਫ ਤੇ ਸਿਰਫ ਆਪਣੇ ਲਈ ਵਰਤ ਰਹੇ ਆ, ਔਰ ਇਸ ਨੂੰ ਮੁੱਦੇ ਨੂੰ ਜਿੰਦਾ ਰੱਖਣਾ। ਇੱਕ ਲਾਸਟ ਗੱਲ, ਜਿਹੜਾ ਇਹਨਾਂ ਨੇ ਦਿੱਲੀ ਜਾ ਕੇ ਦਿੱਤੀ ਹੈ, ਬੇਸਿਕਲੀ ਕਿਤੇ ਨਾ ਕਿਤੇ ਇਨਡਾਇਰੈਕਟਲੀ ਜਿਹੜਾ ਹੈਗਾ, ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਸ ਦੇ ਉੱਤੇ ਵੀ ਪ੍ਰੈਸ਼ਰ ਬਣਾਉਣਾ ਚਾਹੁੰਦੇ ਆ ਅਕਾਲੀ ਦਲ ਵਾਲੇ। ਜਿਸ ਤਰ੍ਹਾਂ ਇਹ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਪ੍ਰੈਸ਼ਰ ਬਣਾ ਰਹੇ ਨੇ, ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਦੇ ਉੱਤੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਨੇ ਦਿੱਲੀ ਤੋਂ, ਜਾਣੀ ਕਿ ਪ੍ਰੈਸ਼ਰ ਪਵਾ ਕੇ, ਕਿਉਂਕਿ ਬਾਦਲ ਸਾਹਿਬ ਦਿੱਲੀ ਦਾ ਪ੍ਰੈਸ਼ਰ, ਮਤਲਬ ਮੈਨੂੰ ਦਿੱਲੀ ਚੋਂ ਸਮਝ ਆਉਂਦਾ ਥੋੜਾ ਜਿਹਾ। ਬੇਸਿਕਲੀ ਦਿੱਲੀ ਦੇ ਜਿਹੜਾ ਹੈਗਾ ਚੀਫ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਰਿਪੋਰਟ, ਜਾਣੀ ਕਿ ਐਪਲੀਕੇਸ਼ਨ ਦਿੱਤੀ ਤੇ ਉਹਦੇ ਥਰੂ ਜਾਣੀ ਕਿ ਸਟੇਟ ਕੋਲ ਆਈ। ਜਾਣੀ ਤਾਂ ਚਾਹੀਦਾ ਇਦਾਂ, ਜਦੋਂ ਵੀ ਸਟੇਟਾਂ ਦੇ ਵਿੱਚ ਕਮਿਸ਼ਨ ਦਾ ਜਿਹੜਾ ਚੋਣ ਕਮਿਸ਼ਨ ਉਹਦਾ ਕੀ ਬਦਲ ਤੁੱਕੀ ਕੀ ਬਣਦਾ, ਤੇ ਫਿਰ ਤਾਂ ਬੰਦ ਹੀ ਕਰਦੇ ਸਾਰਾ ਕੁਛ, ਫਿਰ ਤਾਂ ਇਕੱਲਾ ਸੈਂਟਰ ਦੇ ਵਿੱਚ ਹੀ ਹੋਵੇ। ਕਿਉਂਕਿ ਬਾਦਲ ਸਾਹਿਬ ਅਕਸਰ ਕਹਿੰਦੇ ਆ ਕਿ ਜਿਹੜੇ ਬੀਜੇਪੀ ਦੇ ਨਾਲ ਸਾਡਾ 9 ਮਾਸ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਬੀਜੇਪੀ ਤੇ ਬੀਜੇਪੀ ਤੋਂ ਪ੍ਰੈਸ਼ਰ ਪਵਾਇਆ? ਪ੍ਰੈਸ਼ਰ ਪਵਾ ਰਹੇ ਨੇ। ਫਿਰ ਮੈਂ ਸਵਾਲ ਇੱਕ ਹੋਰ ਕਰਨਾ ਚਾਹੁੰਦਾ ਆਖਰੀ ਸਾਹਿਬ, ਸਵਾਲ ਇਹ ਵੀ ਹੈਗਾ ਫਿਰ ਸੁਨਾਰੀਆ ਜੇਲ੍ਹ ਦੇ ਵਿੱਚ SIT ਪੁੱਛਗਿੱਛ ਕਰਨ ਜਾਂਦੀ, ਉਹਨਾਂ ਨੂੰ ਇਜਾਜ਼ਤ ਹੀ ਨਹੀਂ ਮਿਲਦੀ? ਨਹੀਂ ਦੇਖੋ, ਉੱਥੇ ਵੀ ਬੀਜੇਪੀ ਦੀ ਗਵਰਨਮੈਂਟ ਹੈ ਫਿਰ, ਔਰ ਹਾਈਕੋਰਟ ਦੇ ਉਸ ਤੋਂ ਬਾਅਦ ਹੁਕਮ ਤੋਂ ਬਾਅਦ ਦੀ ਗਵਰਨਮੈਂਟ ਹੈ ਫਿਰ। ਸਵਾਲ ਤਾਂ ਘੁੰਮਣਗੇ, ਇਹ ਸਿਆਸਤ ਪੁੱਛਦੀ ਵੀ ਸਵਾਲ ਮੈਂ ਨਹੀਂ ਪੁੱਛਦਾ ਪਿਆ। ਮੇਰੀ ਬੇਨਤੀ ਹੈ KP ਜੀ, ਜਿਹੜਾ ਸੁਨਾਰੀਆ ਜੇਲ੍ਹ 'ਚ ਜਾਣ ਦਾ ਸਿੱਟ ਦਾ ਇਸ਼ੂ ਸੀ, ਉਹ ਜੁਡੀਸ਼ਰੀ ਦਾ ਮਾਮਲਾ ਹੈ, ਉਹ 'ਚ ਮੈਂ ਜ਼ਿਆਦਾ ਬੋਲਣਾ। ਸ਼ਸ਼ੀਕਾਂਤ ਜੀ ਤੋਂ ਪੁੱਛ ਲੈਣਾ, ਤੁਸੀਂ ਨਾ ਬੋਲੋ ਸ਼ਸ਼ੀਕਾਂਤ ਜੀ। ਲੇਕਿਨ ਇੱਕ ਗੱਲ ਕਹਿਣੀ ਚਾਹੁੰਦਾ ਨਾ ਮੈਂ, ਜੋ ਜਵਾਬ ਹੀ ਦੇ ਰਹੇ ਨੇ, ਐਡੇ ਹੀ ਕਾਬਲ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਨੂੰ ਪਹਿਲਾਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਾਣਾ ਚਾਹੀਦਾ ਸੀ, ਉਹ ਖਾਲੀ ਹੱਥ ਨਾ ਪਰਤਦੇ। ਸ਼ਸ਼ੀਕਾਂਤ ਜੀ, ਸ਼ਸ਼ੀਕਾਂਤ ਜੀ, ਇਹ ਸਿਆਸਤ ਦੇ ਵਿਚਾਲੇ SIT ਨੂੰ ਸੁਨਾਰੀਆ ਜੇਲ੍ਹ ਵਿੱਚ ਐਂਟਰੀ ਕਿਉਂ ਨਹੀਂ ਮਿਲੀ? ਉਹਨਾਂ ਨੂੰ ਸੁਨਾਰੀਆ ਜੇਲ੍ਹ ਦੇ ਵਿੱਚ ਐਂਟਰੀ ਮਿਲਣੀ ਚਾਹੀਦੀ ਸੀ। ਜਦੋਂ ਵੀ ਇੰਟਰੋਗੇਸ਼ਨ ਹੁੰਦਾ ਹੈਗਾ ਹੈ, ਇਹ ਸਿੱਟ ਜਿਹੜੀ ਬਣੀ ਹੈਗੀ ਹੈ, ਇੰਟਰੋਗੇਸ਼ਨ ਕਰਨ ਦਾ ਹੱਕ ਪੁਲਿਸ ਨੂੰ ਜੇਲ੍ਹ ਦੇ ਵਿਚਕਾਰ ਵੀ ਹੈਗਾ, ਜਿੱਥੇ ਵੀ ਹੈਗਾ। ਹੋ ਸਕਦਾ ਹੈਗਾ ਕਿ ਉਹਨਾਂ ਨੇ ਸ਼ਾਇਦ ਲੀਗਲ ਪਰਮਿਸ਼ਨ ਨਾ ਲਿੱਤੀ ਹੋਏ, ਜਾਂ ਜ਼ਿਲ੍ਹਾ ਮੈਜਿਸਟਰੇਟ ਕੋਲ ਲਿਖਤੀ ਚਾਹੀਦੀ ਸੀ ਜਾਇਜ਼। ਨਾਰਮਲੀ ਡਿਸਟ੍ਰਿਕਟ ਮੈਜਿਸਟਰੇਟ ਜਿਹੜਾ ਹੈਗਾ ਉਹੀ ਹੈਡ ਹੁੰਦਾ ਹੈ, ਉਹਦੇ ਕੋਲੋਂ ਪਰਮਿਸ਼ਨ ਲੈ ਜਾ ਕਰਕੇ ਜਿਹੜਾ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਹੁੰਦਾ ਹੈ। ਹੋ ਸਕਦਾ ਹੈਗਾ ਜੇ ਉਹਨੂੰ ਨਹੀਂ ਮਿਲੀ ਹੈਗੀ ਹੈ, ਤੇ ਮੈਂ ਸਮਝਦਾ ਹੈਗਾ ਉੱਥੇ ਬੀਜੇਪੀ ਦੀ ਸਰਕਾਰ ਹੈ, ਉਹਦਾ ਵੀ ਕੋਈ ਰੌਲਾ ਹੋਣਾ, ਕੋਈ ਕਹਾਣੀ ਕਿਸੇ ਹੋਣੇ ਨੇ ਉਹਦੇ ਵੀ, ਸਾਰਾ ਪੋਲੀਟੀਕਲ ਹੈ। ਹਰ ਗੱਲ ਦੇ ਉੱਤੇ ਪੋਲੀਟੀਕਲੀ ਸੈਟਅਪ ਤੁਸੀਂ ਸੈੱਟ ਕਰਦੇ ਹੋ, ਕਿਤੇ ਤਾਂ ਗੱਲ ਸਪਸ਼ਟ ਕਰੋ। ਬ੍ਰੇਕ ਲੈਣਾ, ਇੱਕ ਛੋਟਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਦਿੱਲੀ ਜਾ ਕੇ ਚੋਣ ਕਮਿਸ਼ਨ ਨੂੰ ਚਿੱਠੀ ਦੇਣ ਪਿੱਛੇ ਕੌਣ ਆ, ਇਹ ਸਵਾਲ ਪੁੱਛਿਆ ਜਾ ਚੁੱਕਿਆ ਹੈਗਾ। ਵਿਜੇ ਦੇ ਤਿੱਖੇ ਸਵਾਲਾਂ ਤੋਂ ਕੌਣ ਡਰਦਾ, ਇਹ ਵੀ ਸਵਾਲ ਪੁੱਛਿਆ ਜਾ ਚੁੱਕਿਆ ਹੈਗਾ। ਸਵਾਲ ਇਹ ਹੈਗਾ, ਸਿਆਸਤ ਇਸ ਮੁੱਦੇ ਨੂੰ ਵਰਤ ਤਾਂ ਨਹੀਂ ਰਹੀ ਹੈ ਕਿ? ਇਹ ਸਵਾਲ ਵਾਰ ਵਾਰ ਇਸ ਬਹਿਸ ਦੇ ਵਿੱਚ ਆ ਰਿਹਾ। ਸਵਾਲ ਜਦੋਂ ਇਹ ਆਉਂਦਾ ਕਿ ਦਿੱਲੀ ਜਾ ਕੇ ਚਿੱਠੀ ਕਿਉਂ ਦਿੱਤੀ ਗਈ, ਅਤੇ ਜਦੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਉੱਥੇ ਕੈਦ ਹੈਗਾ ਬਲਾਤਕਾਰੀ ਰਾਮ ਰਹੀਮ, ਉਹਨਾਂ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ? ਪੁੱਛਗਿੱਛ ਕਿਵੇਂ ਹੋ ਸਕਦੀ? ਬ੍ਰੇਕ ਤੋਂ ਵਾਪਸ ਆ ਰਿਹਾ। ਸਵਾਲ ਇੱਕੋ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਸਿਆਸਤ ਨੂੰ ਸ਼ਿਕਾਇਤ ਕਿਉਂ ਹੈਗੀ ਹੈ? ਮਨਜੀਤ ਸਿੰਘ, ਇੱਕ ਇਸ ਡਿਬੇਟ ਦੇ ਵਿੱਚ ਗੱਲ ਆ ਗਈ ਹੈ ਕਿ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਅਤੇ ਉੱਥੇ ਸੁਨਾਰੀਆ ਜੇਲ੍ਹ ਵਿੱਚ ਐਂਟਰੀ ਨਹੀਂ ਮਿਲੇਗੀ। ਇੱਕ ਡਿਬੇਟ ਦੇ ਵਿੱਚ ਇਹ ਹਿੱਸਾ ਆਇਆ, ਨੀਲ ਗਰਗ ਹਰਾ ਨੇ ਚੁੱਕਿਆ ਹੈਗਾ ਕਿ ਚੋਣ ਕਮਿਸ਼ਨ ਦਿੱਲੀ ਕੋਲ ਸ਼ਿਕਾਇਤ ਕੀਤੀ ਗਈ ਹੈਗੀ ਹੈ ਭਾਰਤੀ ਜਨਤਾ ਪਾਰਟੀ ਦਾ ਪ੍ਰੈਸ਼ਰ ਬਣਾਉਣ ਦੇ ਲਈ, ਕੇਂਦਰ ਸਰਕਾਰ ਦਾ ਪ੍ਰੈਸ਼ਰ ਬਣਾਉਣ ਦੇ ਲਈ। ਇਸ ਮਾਮਲੇ ਦੇ ਵਿੱਚ ਤੁਹਾਨੂੰ ਇਹ ਲੱਗਦਾ ਕਿ ਵਾਕਈ ਪੋਲੀਟੀਕਲ ਪ੍ਰੈਸ਼ਰ ਬਣਾ ਕੇ ਇੱਕ ਪੁਲਿਸ ਅਧਿਕਾਰੀ ਨੂੰ ਬੈਕਫੁੱਟ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ? ਦੇਖੋ, ਦੋ ਗੱਲਾਂ ਆ। ਇੱਕ ਤਾਂ ਕੋਈ ਵੀ ਜਿਹੜਾ ਲਾਅ ਐਂਡ ਆਰਡਰ ਜਾਂ ਇਹੋ ਜਿਹੀ ਕੋਈ ਵੀ SIT ਹੁੰਦੀ ਆ, ਇਹ ਜਨਤਾ ਨੂੰ ਇਨਸਾਫ ਦੇਣ ਲਈ ਹੁੰਦਾ, ਨਾ ਕਿ
ਤੇ ਜਿਹੜੀ ਪੰਜਵੀਂ SIT ਹੈ ਔਰ ਦੋ ਕਮਿਸ਼ਨ ਜਿਹੜੇ ਅਜੇ ਤੱਕ ਹੋ ਚੁੱਕੇ, ਅਜੇ ਤੱਕ ਵੀ ਉਸ ਨੂੰ ਤੁਸੀਂ ਬਿਲਕੁਲ ਸਹੀ ਸਵਾਲ ਕੀਤਾ ਕਿ ਕਿੰਨੀਆਂ ਮੰਗ ਢੂੰਡਾਂ ਨੂੰ ਕਿ ਕਿੰਨੀਆਂ ਕੁ ਹੋਰ ਇਲੈਕਸ਼ਨਾਂ 'ਚ ਇਸ ਮੁੱਦੇ ਨੂੰ ਚੋਣਾ ਆ ਇਹਨੂੰ ਵਰਤਣਾ ਹੈਗਾ। ਇਹ ਮੇਰਾ ਖਿਆਲ ਹੈ ਅਫਸੋਸ ਦੀ ਗੱਲ ਆ ਕਿ ਇੰਨਾ ਵੀ ਪੋਲੀਟਿਕਸ ਨੂੰ ਆਪਾਂ ਨੂੰ ਨਹੀਂ ਥੱਲੇ ਤੱਕ ਪਹੁੰਚਾ ਦੇਣਾ ਚਾਹੀਦਾ ਕਿ ਲੋਕ ਇਨਸਾਫ਼ ਕਰਦੇ ਕਰਦੇ ਇਨਸਾਫ਼ ਦੀ ਇੰਤਜ਼ਾਰ ਕਰਦੇ ਕਰਦੇ ਥੱਕ ਜਾਣ। ਜਿੱਥੋਂ ਤੱਕ ਗੱਲ ਇਹ ਕਹੀ ਜਾ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਹੈਗੇ ਉਹ ਪ੍ਰੈਸ਼ਰ ਪ੍ਰੂਸ਼ਰ ਨਹੀਂ ਉਹ ਕਿਸੇ ਨੂੰ ਮੰਨਦੇ, ਪਰ ਤੁਸੀਂ ਮੇਰਾ ਖਿਆਲ ਹੈ ਕਿ ਪਾਰਟੀਆਂ ਨੂੰ ਇੰਟਰਫੀਅਰ ਇਹਦੇ ਵਿੱਚ ਨਹੀਂ ਕਰਨਾ ਚਾਹੀਦਾ। ਜਿਹੜੀ ਹਰਿਆਣੇ ਦੀ ਤੁਸੀਂ ਜੇਲ੍ਹ ਦੇ ਵਿੱਚ ਕਿਉਂ ਨਹੀਂ ਮਿਲਣ ਦੇਣਾ ਬਈ, ਸਿੱਧੀ ਸਿੱਧੀ ਗੱਲ ਹੈ, ਸਾਫ਼ ਪਤਾ ਹੈ ਕਿ ਜਿਹੜੀ ਉੱਥੇ ਬੇਅਦਬੀ ਹੋਈ ਸੀ ਉਹ ਕਿਹਦੇ ਕਾਰਨਾਂ ਕਰਕੇ ਹੋਈ ਸੀਗੀ, ਕਿਹਨੂੰ ਨਹੀਂ ਪਤਾ ਇਸ ਗੱਲ ਦਾ। ਜਦੋਂ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਪਰ ਉਹਦੀ ਇੱਕ ਫੋਰਮਲ ਪ੍ਰੈਜੈਂਟੇਸ਼ਨ ਜਿਹੜੀ ਆ ਉਹ SIT ਦੀ ਤਹਿਕੀਕਾਤ ਕਰਕੇ ਤਹਿ ਤੱਕ ਜਾਣਾ ਚਾਹੀਦਾ। ਇੱਕ ਪਾਸੇ ਪੋਲੀਟੀਕਲ ਬੰਦੇ ਬਾਰ ਬਾਰ KP ਸਿੰਘ ਕਹਿ ਰਹੇ ਆ ਸਾਨੂੰ ਕੋਈ ਡਰ ਨਹੀਂ, ਸਾਂਚ ਨੂੰ ਕੋਈ ਆਂਚ ਨਹੀਂ, ਫਿਰ ਆਪਾਂ ਭੁੜਕਦੇ ਕਿਹੜੀ ਗੱਲ ਤੋਂ, ਮੈਂ ਕਿਹੜੀ ਗੱਲ ਤੋਂ ਡਰਦੇ ਹਾਂ, ਕਿਉਂ ਅਸੀਂ ਭੱਜੇ ਫਿਰਦੇ ਹਾਂ, ਉਹਨੂੰ ਕੰਮ ਕਰਨ ਦਿਓ। ਹਾਂ, ਜੇ ਉਹ ਕੋਈ ਗਲਤ ਬੋਲ ਰਿਹਾ, ਗਲਤ ਬਿਆਨਬਾਜ਼ੀ ਕਰ ਰਿਹਾ, ਕੰਮ ਗਲਤ ਕਰ ਰਿਹਾ, ਕਿਸੇ ਨੂੰ ਤੰਗ ਕਰ ਰਿਹਾ, ਤਾਂ ਦੱਸੋ, ਪਬਲਿਕਲੀ ਕੰਡੈਮ ਕਰੋ। ਇੱਕ ਸਵਾਲ ਹੋਰ ਹੈਗਾ ਮੰਗੜ ਸਾਹਿਬ, ਸਵਾਲ ਇਹ ਵੀ ਹੈਗਾ ਕਿ ਪੁੱਛ ਗਿੱਛ ਨਹੀਂ ਹੁਣ ਦਿੱਤੀ ਜਾ ਰਹੀ ਰਾਮ ਰਹੀਮ ਤੋਂ, ਸਵਾਲ ਇਹ ਹੈਗਾ ਰਾਮ ਰਹੀਮ ਤੋਂ ਹਜੇ ਵੋਟਾਂ ਦੀ ਆਸ ਹੈਗੀ ਸਿਆਸਤ ਨੂੰ? ਦੇਖੋ ਜੀ, ਇਹਦੇ 'ਤੇ ਮੈਂ ਨਹੀਂ ਸਮਝਦਾ ਕਿ ਇਸ ਵੇਲੇ ਇਹਨੂੰ ਇਹਦੇ ਵਿੱਚ ਵੀ ਲਿਆਉਣਾ ਚਾਹੀਦਾ। ਕਿਉਂ ਨਹੀਂ ਲਿਆਉਣਾ ਚਾਹੀਦਾ? ਜਵਾਬ ਸਾਡੀ ਦੇਖੋ, SIT ਗਈ ਹੈ, ਸਾਡੀ SIT ਫਾਰਮ ਕੀਤੀ ਗਈ ਹੈ, SIT ਉੱਥੇ ਇਨਵੈਸਟੀਗੇਟ ਕਰਨ ਗਈ ਹੈ। ਹੁਣ ਕਿਹੜਾ ਕਾਰਨਾਂ ਕਰਕੇ ਉਹਨਾਂ ਨੂੰ ਨਹੀਂ ਕੀਤਾ ਜਾ, ਮਤਲਬ ਇੰਟਰਟੇਨ ਕੀਤਾ ਗਿਆ ਜਾਂ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ, ਇਹ ਇੱਕ ਬਿਲਕੁਲ ਸਵਾਲ ਹੈ। ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸਰਕਾਰ ਦੀ ਬਣਾਈ SIT ਉੱਥੇ ਜਾ ਰਹੀ ਹੈ ਤੇ ਉਹਨੂੰ ਪਰਮਿਸ਼ਨ ਕਿਉਂ ਨਹੀਂ ਮਿਲੀ, ਸਰਕਾਰ ਨੂੰ ਪਤਾ ਹੋਣਾ ਚਾਹੀਦਾ, ਸਰਕਾਰ ਨੂੰ ਜਵਾਬ ਦੇਣਾ ਪਊਗਾ ਇਸ ਗੱਲ ਦਾ। ਸਰਕਾਰ ਜਵਾਬ ਦੇਗੀ ਤੇ ਦੋ ਨਾ, ਫਿਰ ਜਵਾਬ ਕਿਉਂ ਨਹੀਂ ਦਿੱਤੇ? ਕਿਹੜਾ ਲੂਪ ਹੋਲਾ ਜਿਹਦੇ ਕਰਕੇ ਪਰਮਿਸ਼ਨ ਨਹੀਂ ਮਿਲੀ? ਹੁਣ ਜਿਵੇਂ ਕਿ ਪਬਲਿਕ ਡੋਮੇਨ ਦੇ ਵਿੱਚ, ਪਬਲਿਕ ਡੋਮੇਨ ਵਿੱਚ ਕਿਉਂ ਤੁਸੀਂ ਪਬਲਿਕ ਡੋਮੇਨ ਤੇ ਚੱਲਦੇ ਹੋ? ਬਿਲਕੁਲ ਨਹੀਂ ਜੀ। ਕਿਹੋ ਜੀ ਗੱਲ ਕਰ ਰਹੇ ਹੋ ਮੰਗੜ ਸਾਹਿਬ, ਸਾਰੇ ਲੋਕ ਤੁਹਾਨੂੰ ਦੇਖ ਰਹੇ ਆ। ਦੇਖੋ ਜੀ ਗੱਲ ਇਹ ਹੈ ਵੀ ਪਰਮਿਸ਼ਨ ਪਬਲਿਕ ਡੋਮੇਨ 'ਚ ਤੋਂ ਸਵਾਲ ਅਸੀਂ ਚੱਕਦੇ ਹਾਂ। ਬਿਲਕੁਲ ਜੀ, ਹੁਣ ਦੇਖੋ ਜਿਹੜੀ ਪਰਮਿਸ਼ਨ ਮਿਲੀ ਕਿ ਨਹੀਂ ਮਿਲੀ, ਉਹਦੇ ਡਿਨਾਇਲ ਦਾ ਕੀ ਰੀਜ਼ਨ ਹੈ, ਇਹਦੇ 'ਤੇ ਵੀ ਥੋਰੋਲੀ ਦੇਖਿਆ ਜਾਏਗਾ। ਜੇ ਇਹਦੇ ਵਿੱਚ ਪੁਲਿਸ ਜਾਂ ਸਾਡੀ ਐਡਮਿਨਿਸਟ੍ਰੇਸ਼ਨ ਦੀ ਲੂਪ ਹੋਲ ਹੈ, ਰਾਮ ਰਹੀਮ ਤੋਂ ਤੁਸੀਂ ਤਾਂ ਨਹੀਂ ਵੋਟਾਂ ਲੈਣੀਆਂ? ਬਿਲਕੁਲ ਨਹੀਂ ਜੀ, ਬਿਲਕੁਲ ਹੀ ਨਹੀਂ ਜੀ। ਮੈਂ ਸਰ ਤੁਹਾਨੂੰ ਪਹਿਲੇ ਆਖਿਆ ਸੀ ਇਹ ਦੋਨੇ ਜਿਹੜੇ ਹੈ ਕਾਂਗਰਸ ਤੇ ਅਕਾਲੀ, ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ। ਕਾਂਗਰਸ ਇਹ ਜਿਹਨੇ ਕੋਈ ਪ੍ਰਭਾਵ ਦੇਣਾ ਚਾਹ ਰਹੀ ਹੈ ਕਿ ਅਸੀਂ ਸਿੱਟ ਦੇ ਥਰੂ ਕਾਰਵਾਈ ਕਰਨ ਨੂੰ ਤਿਆਰ ਹਾਂ, ਬੇਅਦਬੀ ਦਾ ਜਿਹੜਾ ਕਾਂਡ ਹੋਇਆ ਸੀ ਉਹਨੂੰ ਮੁਕਾਮ ਤੱਕ ਪਹੁੰਚਾਵਾਂਗੇ ਉਹਦੇ ਦੋਸ਼ੀਆਂ ਨੂੰ, ਔਰ ਦੂਸਰੇ ਬੰਨੇ ਅਕਾਲੀ ਦਲ ਜਿਹੜਾ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਦੋਸ਼ੀ ਨਹੀਂ ਹੈਗੇ, ਔਰ ਇਸ ਸਭ ਦੇ ਵਿਚਾਲੇ ਜਿਹੜਾ ਇੱਕ ਨੀਡਰ ਅਤੇ ਕਾਬਲ ਅਫਸਰ ਜਿਹੜਾ ਹੈਗਾ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ ਇਹਨਾਂ ਦੀ ਆਪਣੀ ਸਿਆਸਤ ਦੇ ਵਾਸਤੇ। ਜਦਕਿ ਤੁਸੀਂ ਦੱਸੋ ਜਿਹੜਾ ਦੋਸ਼ੀ ਹੈਗਾ ਭਾਵੇਂ ਕਿੱਡਾ ਵੱਡਾ ਵੀ ਕਿਉਂ ਨਾ ਹੋਵੇ, ਜੇ ਕਾਨੂੰਨ ਮੁਤਾਬਕ ਉਸ ਨੂੰ ਸਜ਼ਾ ਦੇਣੀ ਬਣਦੀ ਹੈ ਕਿ ਨਹੀਂ ਬਣਦੀ, ਇਸ ਤੋਂ ਬਾਅਦ ਲੋਕ ਹੋਰ ਕੀ ਮੰਗਦੇ ਹੈਗੇ ਆ? ਅੱਜ ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਨੀਡਰ ਯਾਨੀ ਕਿ ਕਾਬਲ ਅਫਸਰ ਹੈਗੇ, ਅੱਜ ਤੁਸੀਂ ਉਹਨਾਂ ਤੇ ਤਬਾਦਲੇ ਦੀ ਯਾਨੀ ਕਿ ਤਲਵਾਰ ਲਟਕਾਓਗੇ, ਉਹਨਾਂ ਨੂੰ ਤੁਸੀਂ ਨਿਸ਼ਾਨਾ ਬਣਾਓਗੇ ਤਾਂ ਕਿ ਦੂਸਰੇ ਅਫਸਰ ਵੀ ਪੰਗੂ ਹੋ ਕੇ ਕੰਮ ਕਰਨ, ਤੁਹਾਡੇ ਤਹਿਤ ਕੰਮ ਕਰਨ, ਔਰ ਵਿਜੇ ਕੁੰਵਰ ਵਿਜੇ ਪ੍ਰਤਾਪ ਵਰਗੇ ਜਿਹੜੇ ਅਫਸਰ ਨੇ ਉਹ ਪ੍ਰੈਸ਼ਰ ਚਾਉਣ ਵਾਲੇ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ। ਇੱਕ ਅਫਸਰਸ਼ਾਹੀ ਦਾ ਮਸਲਾ, ਇੱਕ ਸਿਆਸਤ ਦਾ ਮਸਲਾ। ਰਾਮ ਰਹੀਮ ਤੋਂ ਹਜੇ ਵੀ ਵੋਟਾਂ ਦੀ ਆਸ ਹੈਗੀ ਹੈ ਇਹਨਾਂ ਵੱਡੀਆਂ ਪਾਰਟੀਆਂ ਨੂੰ, ਤੇ ਜਿਹੜੇ ਅਫਸਰ ਹੈਗੇ ਆ ਅਫਸਰਾਂ ਦੀ ਕਾਰਗੁਜ਼ਾਰੀ 'ਤੇ ਇਹ ਲੋਕ ਸਵਾਲ ਖੜਾ ਕਰਦੇ ਪਏ ਹੈਗੇ ਆ, ਜਿਹੜੇ ਅਫਸਰ ਹੁੰਦੇ ਆ ਉਹਨਾਂ 'ਤੇ ਦਬਾਅ ਕਿੰਨਾ ਕੁ ਹੁੰਦਾ? ਦੇਖੋ, ਰਾਮ ਰਹੀਮ ਦੀ ਜਿੱਥੇ ਗੱਲ ਹੈਗੀ ਹੈ, ਸਰਟਨਲੀ ਉਹਦਾ ਵੋਟ ਬੈਂਕ ਕਾਫੀ ਮੋਟਾ ਸੀ, ਉਹਦੇ 'ਤੇ ਕੋਸ਼ਿਸ਼ ਜ਼ਰੂਰ ਹੋਏਗੀ ਕਿਹੜਾ ਜਿਹੜਾ ਵੋਟ ਬੈਂਕ ਹੈਗਾ ਹੈ ਪ੍ਰੈਜੈਂਟ ਹਾਲਾਤਾਂ ਦੇ ਵਿੱਚ। ਇੱਕ ਵਾਰੀ ਉਹਨੂੰ ਜੇਲ੍ਹ ਦੇ ਵਿੱਚ ਚਲਾ ਗਿਆ ਹੈ, ਦੋਸ਼ੀ ਹੈਗਾ, ਰੇਪਿਸਟ ਹੈਗਾ ਹੈ, ਔਰ ਦੂਜਾ ਉਹਨੂੰ ਕਿੰਨਾ ਬਚਾਇਆ ਜਾ ਸਕਦਾ ਹੈਗਾ ਹੈ, ਕਿੰਨਾ ਉਹਦਾ ਇੰਟਰੋਗੇਸ਼ਨ ਹੋ ਰਿਹਾ ਉਹ ਲਟਕਾਇਆ ਜਾ ਸਕਦਾ ਹੈਗਾ। ਸਰਟਨਲੀ ਦੀਜ਼ ਆ ਪੋਲੀਟੀਕਲ ਇਸ਼ੂਜ਼, ਉਹ ਕੋਸ਼ਿਸ਼ ਇਹੀ ਹੋਏਗੀ ਕਿ ਉਹ ਵੋਟ ਬੈਂਕ ਉਹਦਾ ਹੈਗਾ ਉਹਨੂੰ ਕਿਸ ਹੱਦ ਤੱਕ ਕੋਈ ਲੈ ਸਕਦਾ ਹੈਗਾ, ਇੱਕ ਗੱਲ 'ਤੇ। ਔਰ ਦੂਜਾ, ਜੇ ਅਸੀਂ ਗੱਲ ਕਰੀਏ ਅਫਸਰਾਂ 'ਤੇ ਦਬਾਅ ਦੀ, ਅਫਸਰਾਂ 'ਤੇ ਦਬਾਅ ਅਨਿਵਾਰਿਆ ਹੁੰਦਾ ਹੈਗਾ, ਸਾਰਿਆਂ ਤੋਂ ਜ਼ਿਆਦਾ ਹੁੰਦਾ ਹੈਗਾ ਕਿ ਟ੍ਰਾਂਸਫਰ ਕਰ ਦਿਆਂਗੇ, ਹਾਲਾਂਕਿ ਫਿਰ ਬੰਦੇ ਕਈ ਹੈਗੇ ਨੇ ਟ੍ਰਾਂਸਫਰ ਨੂੰ ਮੰਨਦੇ ਨਹੀਂ ਹੈਗੇ ਨੇ, ਫਿਰ ਉੱਥੇ ਹੁੰਦਾ ਹੈਗਾ ਤੈਨੂੰ ਇਹ ਕੇਸ ਬਣਾ ਦਿਆਂਗੇ। ਔਰ ਵਿਜੇ ਪ੍ਰਤਾਪ 'ਤੇ ਵੀ ਕੋਸ਼ਿਸ਼ ਹੋਈ ਸੀ, ਕਿਸੇ ਨੇ ਕੀਤੀ ਸੀ ਕੋਸ਼ਿਸ਼ ਇਹਦੇ ਉੱਤੇ ਬਣਾਉਣ ਦੀ, ਉਹ ਤਾਂ ਚੰਗਾ ਬੰਦਾ ਹੈਗਾ ਹੈ ਤਾਂ ਰੱਬ ਇਹਦੇ ਨਾਲ ਸੀ ਕਿ ਉਹ ਨਿਕਲ ਗਿਆ ਦੇ ਵਿੱਚੋਂ। ਕੁੰਵਰ ਵਿਜੇ ਪ੍ਰਤਾਪ ਨੂੰ ਸਟੇਟ ਵਿੱਚੋਂ ਬਦਲਿਆ ਜਾ ਸਕਦਾ? ਜੇ ਸਟੇਟ ਵਿੱਚੋਂ ਬਦਲਿਆ ਗਿਆ ਤੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਹੈ ਡੁੱਬ ਜਾਏਗੀ, ਉਹਨੂੰ ਢੇਲਾ ਨਹੀਂ ਮਿਲਣਾ ਇੱਥੇ। ਮੰਗੜ ਸਾਹਿਬ,
ਦੇਖੋ ਜੀ ਅਸੀਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੇ ਪਿੱਛੇ ਖੜੇ ਹੋ ਕਿ ਨਹੀਂ? ਬਿਲਕੁਲ ਖੜੇ. ਦੱਸਦੇ ਕਿਉਂ ਨਹੀਂ ਪਏ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਪਰਮਿਸ਼ਨ ਕਿਉਂ ਨਹੀਂ ਮਿਲੀ ਇਸ ਸਿਟੀ ਦੀ? ਮੈਂ ਤੁਹਾਨੂੰ ਕਹਿ ਰਿਹਾ ਵੀ ਇਸ ਚੀਜ਼ 'ਤੇ ਥੋਰੋਲੀ ਦੇਖਿਆ ਜਾਏਗਾ ਵੀ ਕੀ ਵਾਕਈ ਉਹਨਾਂ ਲੂਪ ਹੋਲ ਰਹਿ ਗਈ ਹੋਵੇ, ਕਿਉਂਕਿ ਦੇਖੋ ਜੀ ਜਦੋਂ ਇੱਦਾਂ ਆ ਵੀ ਜੇ ਉੱਥੇ ਗਏ ਆ ਹੋ ਸਕਦਾ ਵੀ ਉਹ ਕਿਸੇ ਨੂੰ ਸਬਲੈਟ ਕੀਤੀ ਗਈ ਹੋਵੇ ਪਰਮਿਸ਼ਨ ਜਾਂ ਪਰਮਿਸ਼ਨ ਇਨ ਟ੍ਰਾਂਸਿਟ. ਪੋਲੀਟੀਕਲ ਪ੍ਰੈਸ਼ਰ ਤਾਂ ਨਹੀਂ ਪਿਆ ਹਰਿਆਣਾ 'ਚ ਜਾ ਕੇ? ਦੇਖੋ ਜੀ ਇਹ ਇਹਦੇ ਬਾਰੇ ਕੁੰਵਰ ਵਿਜੇ ਪ੍ਰਤਾਪ ਜ਼ਿਆਦਾ ਬਿਹਤਰ ਦੱਸਣਗੇ. ਉਹਦਾ ਕਾਰਨ ਮੈਂ ਦੱਸ ਦਿੰਦਾ, ਬਿਕੋਜ਼ ਇਟ ਇਜ਼ ਅੰਡਰ ਇਨਵੈਸਟੀਗੇਸ਼ਨ. ਜੇ ਮੈਂ ਕੁਛ ਕਹਿਤਾ ਫਿਰ ਉਹ ਪੋਲੀਟੀਕਲਾਈਜੇਸ਼ਨ ਹੋ ਜਾਣੀ ਆ. ਅਸੀਂ ਤਾਂ ਇਹ ਕ੍ਰਿਟੀਸਾਈਜ਼ ਤਾਂ ਕਰੀ ਜਾਂਦੇ ਹੋ ਤੁਸੀਂ, ਅਸੀਂ ਕੀ ਕਰ ਰਹੇ ਹਾਂ? ਅਸੀਂ ਕੀ ਕਰ ਰਹੇ ਹਾਂ? ਤੁਸੀਂ ਫਿਰ ਚੋਣ ਕਮਿਸ਼ਨ ਕੋਲ ਕਿਉਂ ਗਏ ਸੀਗੇ? ਅਸੀਂ ਫਿਰ ਚੋਣ ਕਮਿਸ਼ਨ ਕੋਲ ਕਿਉਂ ਗਏ ਸੀਗੇ? ਅਸੀਂ ਕੀਤੀ ਸ਼ਿਕਾਇਤ ਦੇ ਉੱਤੇ ਤੁਹਾਡਾ ਡੈਪੂਟੇਸ਼ਨ ਤੁਹਾਡੇ ਸੂਬੇ ਦਾ ਪ੍ਰਧਾਨ ਮਿਲਦਾ ਹੈ? ਹਾਂ, ਹੁਣ ਮੈਂ ਜਵਾਬ ਦੇ ਰਿਹਾ ਜੀ. ਅਸੀਂ ਚੋਣ ਕਮਿਸ਼ਨ ਕੋਲ ਇਸ ਕਰਕੇ ਗਏ ਸੀਗੇ ਵੀ ਇੱਕ ਫੇਰ ਇਨਵੈਸਟੀਗੇਸ਼ਨ ਹੋ ਰਹੀ ਹੈ, ਅਕਾਲੀ ਦਲ ਉਹਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤਾ ਕਰ ਰਹੀ ਹੈ, ਇਸ ਕਰਕੇ ਕੋਈ ਵੀ ਚੀਜ਼ ਹੈ ਇਹਨੂੰ ਨਾ ਰੋਕਿਆ ਜਾਵੇ. ਤੇ ਇਹਦੇ ਵਿੱਚ ਕੀ ਹਰਜ ਹੈ? ਅਸੀਂ ਆਪਦੇ ਆਫੀਸਰ ਦੇ ਪਿੱਛੇ ਖੜੇ ਹਾਂ, ਬਿਲਕੁਲ ਜੀ ਜਾਨ ਨਾਲ ਖੜੇ ਹਾਂ. ਅਸੀਂ ਹਰੇਕ ਪੰਜਾਬ ਦੇ ਇਮਾਨਦਾਰ ਅਫਸਰ ਦੇ ਨਾਲ ਖੜੇ ਹਾਂ. ਸਾਡੀ ਸਰਕਾਰ ਕੈਪਟਨ ਸਾਹਿਬ ਪਿੱਛੇ ਵੀ ਖੜੇ ਹੋ? ਬਿਲਕੁਲ ਖੜੇ ਹਾਂ ਜੀ, ਬਿਲਕੁਲ ਖੜੇ ਹਾਂ ਜੀ, ਬਿਲਕੁਲ ਖੜੇ ਹਾਂ. ਤੁਸੀਂ ਦੇਖੋ ਇਨਵੈਸਟੀਗੇਸ਼ਨ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ. ਬਬਰਸਮਨਜੀਤ ਸਿੰਘ, ਵੈਸੇ ਵਾਰ ਵਾਰ ਇਹ ਧਾਰਨਾ ਬਣ ਚੁੱਕੀ ਹੈ ਕਿ ਸਰਕਾਰੀ ਅਫਸਰ ਕੰਮ ਨਹੀਂ ਕਰਦੇ ਹੈਗੇ, ਜਿਹੜੇ ਸਰਕਾਰੀ ਅਫਸਰ ਕੰਮ ਕਰਦੇ ਆ ਉਹਨਾਂ 'ਤੇ ਆਹ ਤਲਵਾਰਾਂ ਲਟਕ ਜਾਂਦੀਆਂ? ਦੇਖੋ ਇਹ ਤਾਂ ਹਮੇਸ਼ਾ ਹੀ ਹੋਇਆ. ਸੌਕ੍ਰੇਟਿਸ ਦੇ ਲੈਵਲ 'ਤੇ ਵੀ ਉਹਨੇ ਜਦੋਂ ਸੱਚ ਬੋਲਿਆ ਸੀ ਉਹਨੂੰ ਜ਼ਹਿਰ ਦੇ ਦਿੱਤੀ, ਉਦੋਂ ਵੀ ਅੱਜ ਤੋਂ ਦੋ ਢਾਈ ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਜਿਹੜੀਆਂ. ਇਹ ਹਮੇਸ਼ਾ ਹੀ ਹੋਇਆ ਕਿ ਜਿਹੜੇ ਸੱਚੇ ਅਤੇ ਨਿਡਰ ਅਤੇ ਵਿਵਾਕ ਅਫਸਰ ਹੈਗੇ ਆ, ਜਿਹੜੇ ਇਮਾਨਦਾਰੀ ਨਾਲ ਕਾਨੂੰਨ ਦੀ ਜਿਹੜਾ ਜਿਹੜਾ ਉਹਨਾਂ ਨੂੰ ਕੰਮ ਮਿਲਿਆ, ਭਾਵੇਂ ਕਾਨੂੰਨ ਦਾ ਕੰਮ ਆ ਭਾਵੇਂ ਅਫਸਰ ਚਾਹੀਦਾ, ਖੇਮਕੇ ਨਾਲ ਥੋੜ੍ਹੀਆਂ ਉਹਦੀਆਂ ਟ੍ਰਾਂਸਫਰਾਂ ਹੁੰਦੀਆਂ. ਇੱਕ ਰਾਏ ਸਾਹਿਬ ਹੁੰਦੇ ਸੀ ਪੁਲਿਸ ਅਫਸਰ ਹਰਿਆਣੇ ਦੇ ਵਿੱਚ, ਉਹ ਵੀ ਕਾਫੀ ਇਮਾਨਦਾਰੀ ਨਾਲ ਵਧੀਆ ਕੰਮ ਕਰਦੇ ਸੀ. ਉਹਨਾਂ ਨੂੰ ਫਿਰ ਧੱਕਾ ਤਾਂ ਲੱਗਦਾ ਹੀ ਹੈਗਾ ਮੇਰਾ ਖਿਆਲ ਹੈ, ਪਰ ਇਹਨਾਂ ਨੇ ਮਨ ਵੀ ਬਣਾਇਆ ਹੀ ਹੁੰਦਾ ਕਿ ਜੋ ਸਾਨੂੰ ਕੀਮਤ ਤਾਰਨੀ ਪਊਗੀ ਤਾਰਾਂਗੇ. ਕੋਈ ਫੀਤੀਆਂ ਨਹੀਂ ਲੈਂਦੀਆਂ, ਉਹਨਾਂ ਨੂੰ ਬਥੇਰੇ ਅਵਾਰਡ ਮਿਲੇ ਆ, ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ. ਜੇ 4-5 ਬੰਦੇ ਇਹਦੇ ਵਰਗੇ ਇਹੋ ਜਿਹੇ ਪੁਲਿਸ ਅਫਸਰ ਹੋਰ ਹੋਣ ਤਾਂ ਕਾਫੀ ਕੰਮ ਸੂਤਰ ਆ ਸਕਦਾ, ਪਰ ਇਹ ਇਹੋ ਜਿਹੇ ਹੋਣ ਨਹੀਂ ਦੇਣਗੇ. ਸਗੋਂ ਤੁਹਾਡੀ ਗੱਲ ਠੀਕ ਹੈ, ਸ਼ੰਕਾ ਇਹੋ ਹੀ ਹੁੰਦਾ ਕਿ ਕਿਤੇ ਇਹਨਾਂ ਨੂੰ ਭਜਾ ਨਾ ਦੇਣ ਹੋਰ ਕਿਤੇ, ਪਰ ਇਹਨਾਂ ਨੂੰ ਕੋਈ ਲੈਣ ਵਾਲਾ ਵੀ ਨਹੀਂ ਅੱਗੇ, ਕਿਉਂਕਿ ਜਿੱਥੇ ਇਹਨਾਂ ਨੇ ਜਾਣਾ ਉੱਥੇ ਅਗਲਿਆਂ ਨੂੰ ਵੀ ਹੁੰਦਾ ਕਿ ਸਾਡੀ ਖਾਟ ਖੜੀ ਕਰ ਦੂਗੇ, ਅਤੇ ਉਹ ਅੱਗੇ ਉਹ ਕਹਿੰਦੇ ਵੀ ਇੱਥੇ ਨਾ ਭੇਜਿਓ ਸ਼ੇਰ ਨੂੰ. ਇਸ ਕਰਕੇ ਇਹ ਦਿੱਕਤਾਂ ਤਾਂ ਹੈਗੀਆਂ ਇਹਨਾਂ ਦਾ, ਇਹ ਇੱਥੇ ਪੰਜਾਬ ਲਈ ਇਹ ਐਸੈਟ ਹੈਗੇ ਆ, ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਇਹ ਸੋਚਣਾ ਚਾਹੀਦਾ. ਪਰ ਮੈਨੂੰ ਇਸ ਗੱਲ ਦੀ ਸ਼ਿਕਾਇਤ ਅਤੇ ਖਦਸ਼ਾ ਜ਼ਰੂਰ ਰਹਿੰਦਾ ਹੈਗਾ ਕਿ ਕਾਂਗਰਸ ਪਾਰਟੀ ਨੂੰ ਵੀ ਜਿੰਨੀਆਂ ਇਹਨਾਂ ਤੋਂ ਉਮੀਦਾਂ ਸੀਗੀਆਂ, ਮਾਂਗਟ ਜੀ 2 ਸਾਲ ਹੋ ਗਏ ਆ, ਕਿ ਇਹ ਐਡੀ ਲਮਕਾਉਣ ਵਾਲੀ ਗੱਲ ਕੋਈ ਸੀਗੀ ਨਹੀਂ. ਉਹ ਗੱਲ ਦਾ ਕੀ ਮਤਲਬ ਰਹਿ ਜਾਂਦਾ, ਉਸ ਇਨਸਾਫ਼ ਦਾ ਲੋਕਾਂ ਦਾ ਕੀ ਮਤਲਬ ਰਹਿ ਜਾਂਦਾ ਜਦੋਂ ਇਲੈਕਸ਼ਨ ਆਫਟਰ ਇਲੈਕਸ਼ਨ ਆਫਟਰ ਇਲੈਕਸ਼ਨ ਨਿਕਲ ਜਾਂਦੀਆਂ ਤਾਂ ਲੋਕਾਂ ਨੂੰ ਤਾਂ ਕਦੋਂ ਤੱਕ ਕਿਤੇ ਪੀੜ੍ਹੀਆਂ ਬਦਲ ਜਾਂਦੀਆਂ ਉਦੋਂ ਤੱਕ. ਵਿਜੇ ਦੇ ਜ਼ਰੀਏ ਵਿਜੇ ਤਾਂ ਨਹੀਂ ਹਾਸਲ ਕਰਨਾ ਚਾਹੁੰਦੇ? ਨਹੀਂ, ਉਹਦੇ 'ਚ ਤਾਂ ਦੋ ਰਾਏ ਨਹੀਂ, ਕੌਣ ਨਹੀਂ ਕਰਦਾ? ਪੋਲੀਟੀਕਲ ਪਾਰਟੀਆਂ ਦਾ ਮੈਂ ਤਾਂ ਪਹਿਲਾਂ ਹੀ ਕਿਹਾ, ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ. ਪੁੱਛਗਿੱਛ ਦਾ ਦਾਇਰਾ ਵਧਣ ਨਾਲ ਕੌਣ ਫਸ ਸਕਦਾ ਹੈਗਾ, ਸਵਾਲ ਇੱਥੇ ਆ ਕੇ ਰੁਕਦਾ ਹੈਗਾ. ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ, ਆ ਕੇ ਪੁੱਛਾਂਗੇ. ਸਵਾਲ ਇੱਕ ਪੁੱਛ ਰਿਹਾ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, SIT ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਸਿਆਸਤ ਨੂੰ ਸ਼ਿਕਾਇਤ ਕਿਉਂ ਹੈ? ਬ੍ਰੇਕ ਵਿੱਚ ਵੀ ਚਰਚਾ ਹੁੰਦੀ ਰਹਿੰਦੀ ਆ, ਉਹ ਸਵਾਲ ਵੀ ਤੁਹਾਡੇ ਨਾਲ ਸਾਂਝੇ ਕਰ ਲੂੰਗਾ. ਆਕੜੀ ਸਾਹਿਬ, ਬਾਦਲ ਸਾਹਿਬ ਕਹਿੰਦੇ ਸੀ ਕਿ ਮੈਂ 5 ਮਿੰਟ ਵਿੱਚ ਪਹੁੰਚ ਜਾਵਾਂਗਾ ਜਿੱਥੇ ਵੀ ਸੱਦਣਗੇ, ਅਤੇ ਮੈਨੂੰ ਲੱਗਦਾ 5 ਦਿਨ ਵੀ ਨਹੀਂ ਬੀਤੇ ਤੁਸੀਂ ਬਿਆਨ ਬਦਲ ਗਏ. 5 ਦਿਨ ਕਿਉਂ ਜੀ, ਮਹੀਨੇ ਤੋਂ ਉੱਤੇ 1.5 ਮਹੀਨਾ ਹੋ ਚੱਲਿਆ ਇਸ ਗੱਲ ਲਈ. ਮੁੱਦਾ ਇਹ ਨਹੀਂ ਹੈ ਬਾਦਲ ਸਾਹਿਬ ਨੋਟਿਸ ਕੀਤਾ, ਬਾਦਲ ਸਾਹਿਬ ਨੂੰ ਉਹ ਚੰਡੀਗੜ੍ਹ ਪਹੁੰਚੇ ਕਿ ਮਨਤਾਰ ਸਿੰਘ ਬਰਾੜ, ਮਨਤਾਰ ਸਿੰਘ ਬਰਾੜ ਤੇ ਸਕੰਜਾ ਕੱਸਿਆ ਗਿਆ ਸੀ, ਇਸ ਲਈ ਚੱਕਰਾਂ ਚ ਪੈ ਗਏ ਕਿ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਫਸਾ ਲਿਆ ਸੀ, ਇਸ ਲਈ ਚੱਕਰਾਂ ਚ ਪੈ ਗਏ? ਚਾਹੇ ਮਨਪ੍ਰੀਤ ਬਰਾੜ ਹੋਵੇ, ਚਾਹੇ ਨਰਦੇਵ ਸਿੰਘ ਆਕੜੀ ਹੋਵੇ, ਜੇ ਉਹ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ. ਮੇਰੀ ਅਗਲੀ ਗੱਲ ਪੂਰੀ ਹੋਣ ਦਿਓ. ਜੇ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਪੁਲਿਸ ਅਧਿਕਾਰੀ 'ਤੇ ਸ਼ਿਕਾਇਤ ਕੀਤੀ ਹੈ ਤਾਂ ਕਾਂਗਰਸ ਨੂੰ ਕਿੱਥੋਂ ਇਹ ਅਧਿਕਾਰ ਹਾਸਲ ਆ ਕਿ ਉਹਦੇ ਪ੍ਰੋਟੈਕਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਕੋਲ ਜਾਵੇ? ਇਹ ਤੋਂ ਲੱਗਦਾ ਨਹੀਂ ਕਿ ਕਾਂਗਰਸ ਦੇ ਬੁਲਾਰੇ ਆ ਕੁੰਵਰ ਵਿਜੇ ਪ੍ਰਤਾਪ ਸਿੰਘ, ਕਿਉਂ ਗਏ ਕਾਂਗਰਸ ਵਾਲੇ? ਦੂਜੀ ਗੱਲ ਤੁਸੀਂ ਕਹਿੰਦੇ ਆਪਦੇ ਅਫਸਰ ਪਿੱਛੇ ਸਰਕਾਰਾਂ ਖੜਦੀਆਂ ਨੇ, ਹੁਣ ਜੇ ਅਸੀਂ ਖੜ ਜਾ ਤੁਸੀਂ ਦੇਖੋ ਵੀ ਦੋ ਧਾਰੀ ਤਲਵਾਰ ਹੋ ਜਿੱਦਾਂ ਦਿਲ ਕਰਦਾ ਉਧਰੋਂ ਵੱਢਣਾ ਸ਼ੁਰੂ ਕਰ ਦਿੰਦੇ ਹੋ. ਅਸੀਂ ਉਹਨਾਂ ਦੇ ਪਿੱਛੇ ਖੜੇ ਹਾਂ. ਨਰਦੇ ਸਿੰਘ ਆਕੜੀ, ਇੱਕ ਮਿੰਟ ਨਰਦੇ ਸਿੰਘ ਆਕੜੀ ਤੁਸੀਂ ਇਹ ਗੱਲ ਕਹੀ ਹੈ ਕਿ ਲੋਕਾਂ ਵਿੱਚ ਇਹ ਧਾਰਨਾ ਕਿ ਲੋਇਲ ਹੈ, ਬਹੁਤ ਇਮਾਨਦਾਰ ਹੈ, ਤੁਸੀਂ ਇਹ ਗੱਲ ਕਹੀ? ਮੈਂ ਕਹੀ ਆ, ਮੈਂ ਇਮਾਨਦਾਰ ਅਫਸਰ ਹੈਗੇ ਨਾ? ਨਹੀਂ, ਮੈਂ ਸ਼੍ਰੋਮਣੀ ਅਕਾਲੀ ਦਲ ਇਮਾਨਦਾਰ ਹੈ, ਇਮਾਨਦਾਰ ਅਫਸਰ ਹੈਗੇ? ਇੱਕ ਮਿੰਟ ਆਕੜੀ ਸਾਹਿਬ ਜਵਾਬ ਦਿਓ ਨਾ ਇਸ ਗੱਲ ਦਾ, ਸ਼੍ਰੋਮਣੀ ਅਕਾਲੀ ਦਲ ਇਮਾਨਦਾਰ ਹੈ, ਇਮਾਨਦਾਰ ਅਫਸਰ ਹੈ?
ਕਿ ਨਹੀਂ ਮੰਨਦਾ? ਸ਼੍ਰੋਮਣੀ ਅਕਾਲੀ ਦਲ ਸਾਡੀ ਸਰਕਾਰ ਨੇ ਉਹਨੂੰ ਨੁਮਾਇੰਦਗੀ ਮੰਨਦਾ ਨਾ, ਮੰਨਦਾ ਨਾ ਇਮਾਨਦਾਰ ਅਫਸਰ, ਜੋ ਅੱਜ ਇਮਾਨਦਾਰ ਅਫਸਰ ਦੇ ਪਿੱਛੇ ਖੜਨਾ ਗੁਨਾਹ ਹੈ। ਨਹੀਂ ਜੀ, ਜੋ ਅੱਜ ਉਹਨਾਂ ਦਾ ਬਿਹੇਵੀਅਰ ਹੈ, ਜੋ ਅੱਜ ਉਹਨਾਂ ਦੀ ਕਾਰਗੁਜ਼ਾਰੀ ਹੈ, ਉਹ ਬਿਲਕੁਲ ਕਾਂਗਰਸ ਦਾ ਸਪੋਕਸਮੈਨ ਬਣ ਕੇ ਕੰਮ ਕਰ ਰਿਹਾ। ਤੁਸੀਂ ਮੈਨੂੰ ਬਾਕੀ ਚਾਰ ਮੈਂਬਰਾਂ ਚੋਂ ਕਿਸੇ ਇੱਕ ਬੰਦੇ ਦਾ ਬਿਆਨ, ਕਿਸੇ ਇੱਕ ਸਿੱਟ ਦੇ ਮੈਂਬਰ ਦਾ, ਬਾਕੀ ਚਾਰ ਬੰਦੇ ਠੀਕ ਹੈ? ਨਹੀਂ, ਹਾਂ ਸਾਹਿਬ, ਬਾਕੀ ਚਾਰ ਬੰਦੇ ਠੀਕ ਹੈ, ਅਸੀਂ ਸਿੱਟ ਦੇ ਨਾਲ, ਇੱਕ ਮਿੰਟ, ਬਾਕੀ ਚਾਰ ਬੰਦੇ ਠੀਕ ਹੈ, ਸਿੱਟ ਨੂੰ ਸਹਿਯੋਗ ਕਰਨ ਤੇ ਤਿਆਰ ਹੈ। SIT ਜੋ ਵੀ ਚੀਜ਼ਾਂ ਪੇਸ਼ ਕਰਦੀ ਹੈ ਅਦਾਲਤ ਦੇ ਵਿੱਚ, ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਇਕੱਲੇ ਨਹੀਂ ਪੇਸ਼ ਕਰਦੇ। ਦੇਖੋ ਗੱਲ ਇਹ, ਪੂਰੀ SIT ਜਾਂਚ ਪੜਤਾਲ ਤੋਂ ਬਾਅਦ ਉਹ ਚੀਜ਼ਾਂ ਰੱਖਦੀ ਹੈ। ਗੱਲ ਸੁਣ ਲਓ ਆਕੜੀ ਸਾਹਿਬ, ਉਹਨਾਂ ਨੇ ਚਲਾਨ ਪੇਸ਼ ਕਰਨਾ, ਉਦੋਂ ਫਿਰ SIT ਤੇ ਸਵਾਲ ਚੁੱਕੋ। ਨਹੀਂ ਨਹੀਂ, ਸੁਣੋ ਮੇਰੀ ਗੱਲ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਫਾਈਨਿੰਗ ਕੱਢੀਆਂ ਹੋਣੀਆਂ, ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਅਦ ਚ ਪ੍ਰੈਸ ਨੂੰ ਦਿੰਦੇ ਆ। ਕਾਂਗਰਸ ਦਾ ਪ੍ਰਧਾਨ ਉਹੀ ਸੇਮ ਵਰਡ, ਤੁਸੀਂ ਕੋਈ ਉਹਨਾਂ ਦੀ ਸਟੇਟਮੈਂਟ ਕਰ ਲਓ, ਇਹਦਾ ਮਤਲਬ ਜਾਖੜ ਸਾਹਿਬ, ਇੱਕ ਨਾ ਇਹਦਾ ਮਤਲਬ ਜਾਖੜ ਸਾਹਿਬ, ਇੱਕ ਮਿੰਟ, ਜਾਖੜ ਸਾਹਿਬ ਜਾਂ ਪੰਜਾਬ ਸਰਕਾਰ ਦੇ ਮੰਤਰੀ, ਜਾਖੜ ਸਾਹਿਬ ਜਾਂ ਪੰਜਾਬ ਸਰਕਾਰ ਦੇ ਮੰਤਰੀ, ਹਾਂ ਜਾਂ ਪੰਜਾਬ ਸਰਕਾਰ ਦੇ ਮੰਤਰੀ ਜੋ ਉਹ ਬਿਆਨ ਦਿੰਦੇ ਆ ਪਬਲਿਕ ਅਖਬਾਰਾਂ ਦੇ ਵਿੱਚ, ਤੇ ਉਹੀ ਬਿਆਨ ਕੁੰਵਰ ਵਿਜੇ ਪ੍ਰਤਾਪ। ਲੇਕਿਨ ਮੈਂ ਨੀਲ ਕਰਕੇ ਜੀ ਦੀ ਇੱਕ ਗੱਲ, ਮੇਰੇ ਸਵਾਲ ਦਾ ਜਵਾਬ ਦਿਓ, ਨੀਲ ਗਰ ਸਾਹਿਬ ਤਾਂ ਦੇ ਦਿਓ ਬਾਅਦ ਚ, ਜਾਖੜ ਸਾਹਿਬ ਪੰਜਾਬ ਸਰਕਾਰ ਦੇ ਮੰਤਰੀ, ਇਹ ਸਾਰੇ ਉਹੀ ਬਿਆਨ ਦਿੰਦੇ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦਿੰਦੇ ਆ? ਬਿਲਕੁਲ, ਇਹੀ ਕਰ ਰਹੇ ਹੋ ਨਾ? ਹਾਂਜੀ ਹਾਂਜੀ, ਕੈਪਟਨ ਸਾਹਿਬ ਤਾਂ ਨਹੀਂ ਉਹ ਬਿਆਨ ਦਿੰਦੇ? ਕਿਉਂ ਕੈਪਟਨ ਸਾਹਿਬ ਵੀ ਉਹਦੇ ਨਾਲ, ਕੈਪਟਨ ਸਾਹਿਬ ਵੱਖਰੇ, ਸਰਕਾਰ ਦੇ ਨਾਲ ਹੀ ਆ, ਵੱਖਰੇ ਕਿੱਥੇ ਹੋਗੇ? ਨੀਲ ਗਰਗ ਸਾਹਿਬ, ਸਰਕਾਰ ਦੇ ਮੁਖੀ ਜੀ, ਮੰਤਰੀ ਕਿਵੇਂ ਬਿਆਨ ਦੇ ਦੂਗਾ? ਨੀਲ ਗਰਗ ਸਾਹਿਬ, ਨਹੀਂ ਮੈਨੂੰ ਨੀਲ ਗਰਗ ਤੋਂ ਇੱਕ ਇੱਕ ਮੇਰੀ ਉਹ ਬਾਰ-ਬਾਰ ਇਹ ਗੱਲ ਕਰਦੇ ਆ। ਨੀਲ ਗਰਗ ਸਾਹਿਬ ਜੀ ਜੀ, SIT ਦੇ ਨਾਲ ਉਤਰਾਜ ਆ, ਪੂਰੀ ਤੇ ਇਤਰਾਜ ਨਹੀਂ ਹੈਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਿਆਨਬਾਜ਼ੀ ਤੇ ਇਤਰਾਜ ਆ, SIT ਚੰਗਾ ਕੰਮ ਕਰਦੀ ਪਈ ਆ, ਇਹੀ ਹੈ ਨਾ? ਕਿੰਨੀ ਚੰਗਾ ਕੰਮ? ਦੇਖੋ ਜਿਹੜਾ ਨਹੀਂ, ਸਾਨੂੰ SIT ਦਾ ਕੋਈ ਇਤਰਾਜ ਨਹੀਂ, SIT ਕੋਈ ਇਤਰਾਜ ਨਹੀਂ। ਇਹਨਾਂ ਨੂੰ ਇਸੇ ਤਰ੍ਹਾਂ ਹੀ ਕਾਂਗਰਸ ਦਾ ਇਤਰਾਜ ਹੈ, ਕੈਪਟਨ ਤੋਂ ਥੋੜਾ ਇਤਰਾਜ ਹੈਗਾ, ਇਹਨਾਂ ਨੂੰ ਕੈਪਟਨ ਸਾਹਿਬ ਦੇ ਇਤਰਾਜ ਨਹੀਂ ਹੈਗਾ, ਕੈਪਟਨ ਸਾਹਿਬ ਦੇ ਕਾਂਗਰਸ ਤੇ ਇਤਰਾਜ ਹੈਗਾ। ਕਹਿੰਦੇ ਹੋ ਕਾਰਨ ਕੀ ਹੈਗਾ, ਇਹ ਜਿਹੜੀ ਹੈ ਨਾ, ਜਿਹੜੀ ਜੁਗਲਬੰਦੀ ਹੈਗੀ ਹੈ, ਇਹ ਕੈਪਟਨ ਯਾਨੀ ਕਿ ਕਾਂਗਰਸ ਦੀ ਤੇ ਅਕਾਲੀ ਦਲ ਦੀ ਨਹੀਂ ਹੈਗੀ, ਜੁਗਲਬੰਦੀ ਹੈਗੀ ਬਾਦਲ ਦੀ ਤੇ ਕੈਪਟਨ ਦੀ। ਉਹ ਦੋਨੋਂ ਜਿਹੜੇ ਚਾਚਾ ਭਤੀਜਾ ਦੀ ਜਿਹੜੀ ਸਰਕਾਰ ਹੈਗੀ ਚਲਾ ਰਹੇ ਆ, ਉਹ ਇੱਕ ਦੂਜੇ ਨੂੰ ਬਚਾਉਣਾ ਚਾਹੁੰਦੇ ਹੈਗੇ, ਜਿਸ ਤਰ੍ਹਾਂ ਪਹਿਲਾਂ ਜਾਨੀ ਕਿ ਕੈਪਟਨ ਸਾਹਿਬ ਨੂੰ ਇਹਨਾਂ ਨੇ ਬਚਾਇਆ, ਕਰ ਜਾਂਦੇ ਜਾਂਦੇ ਬਚਾਇਆ, ਉਸੇ ਤਰ੍ਹਾਂ ਕੈਪਟਨ ਸਾਹਿਬ ਬਾਦਲਾਂ ਦੇ ਨਾਲ ਖੜੇ ਹੈਗੇ ਆ। ਇਹੀ ਕਾਰਨ ਹੈਗਾ, ਕੱਲੇ ਤੁਸੀਂ ਇੱਥੇ ਬੇਅਦਬੀ ਦੀ ਗੱਲ ਛੱਡ ਦਿਓ, ਬਾਕੀ ਦੇਖ ਲਓ ਉਸੇ ਤਰ੍ਹਾਂ ਅੱਜ ਵੀ ਮਾਫੀਆ ਸਾਰੇ ਜਿਹੜਾ ਜਾਰੀ ਹੈਗੇ ਆ, ਮਤਲਬ ਲਗਾਤਾਰ ਕੰਮ ਕਰ ਰਹੇ ਹੈਗੇ, ਔਰ ਬਾਦਲ ਸਾਹਿਬ ਕੋਈ ਕੰਮ ਕਰਨ, ਕੈਪਟਨ ਸਾਹਿਬ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ, ਜਦਕਿ ਕਾਂਗਰਸ ਦੇ 40-40 ਜਿਹੜੇ ਕਿ ਵਿਧਾਇਕ ਜਿਹੜੇ ਹੈਗੇ ਉਹ ਲਿਖ ਕੇ ਦੇ ਚੁੱਕੇ ਆ। ਮੰਗੜ ਸਾਹਿਬ ਇੱਕ ਮਿੰਟ, ਮੇਰੀ ਮਾਫੀਆ ਦਾ ਨਾਂ ਰੱਖੋ ਰੇ, ਇਸ ਮੰਚ ਤੋਂ ਬੋਲ ਕੌਣ ਮਾਫੀ ਹੈ? ਮੰਗੜ ਸਾਹਿਬ ਕੀ ਜਵਾਬ ਦੋਗੇ ਤੁਹਾਡਾ ਜਿਹੜਾ ਆਪਸ ਵਿੱਚ? ਦੇਖੋ ਜੀ, ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਉਈ ਇਹਨਾਂ ਦਾ ਸ਼ੁਰੂ ਤੋਂ ਹੀ ਮੋਡਸ ਅਪਰੈਂਡੀ ਰਿਹਾ ਆ, ਬਿਆਨ ਦੇ ਦਿਓ ਭੱਜ ਜਾਓ ਮੁੱਕਰ ਜਾਓ। ਹੁਣ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹੈ, ਬਰਨਾਲਾ ਦੇ ਵਿੱਚ ਇਹਨਾਂ ਦੀ ਲਾਸਟ ਕੇਜਰੀਵਾਲ ਜੀ ਦੀ ਰੈਲੀ ਹੋਈ ਸੀਗੀ, ਉਹ ਮੈਨੂੰ ਇਹ ਮੈਨੂੰ ਉਹੀ ਦੱਸ ਦੇਣ ਵੀ ਉਹਦਾ ਮੁੱਦਾ ਕੀ ਸੀ, ਨਹੀਂ ਤਾਂ ਮੈਂ ਤੁਹਾਡੇ ਚੈਨਲ 'ਤੇ ਭਗਵੰਤ ਮਾਨ ਦੇ ਪੇਜ 'ਤੇ ਉਹਦਾ ਜਿਹੜਾ ਬਣਿਆ ਬੈਨਰ ਹੈ ਉਹ ਦਿਖਾ ਦਿੰਦਾ। ਇਹ ਉਹ ਬਾਈਬਲ ਕਲਾ ਨੂੰ ਲੈ ਕੇ ਹੀ ਆਪਦਾ ਏਜੰਡਾ ਇਹਨਾਂ ਨੇ ਰੱਖਿਆ ਹੋਇਆ। ਦੂਜੀ ਰਹੀ ਗੱਲ, ਅਸੀਂ ਕਰ ਕੀ ਰਹੇ ਹਾਂ, 64 ਕੇਸ ਪੈਂਡਿੰਗ ਸੀਗੇ ਜਿਹਦੇ ਵਿੱਚੋਂ 46 ਕੇਸਿਸ ਇਨਵੈਸਟੀਗੇਟ ਹੋ ਚੁੱਕੇ ਆ, ਔਰ ਮੈਂ ਜਿੱਦਾਂ ਕਿ ਪਹਿਲਾਂ ਕਿਹਾ 25 ਪੁਲਿਸ ਅਤੇ ਸਿਵਲ ਅਫੀਸ਼ਲਸ ਕਨਵਿਕਟਡ ਸੋ ਫਾਰ, 29 ਜਿਹੜੇ ਲੋਕ ਹੈ ਅਰੈਸਟ ਕਰ ਚੁੱਕੇ ਆ ਜਿਹੜੇ ਸਿਵਲੀਅਨਸ ਹੈਗੇ ਆ, ਅਤੇ ਇਸ ਤੋਂ ਇਲਾਵਾ 10 ਨੂੰ ਕਨਵਿਕਸ਼ਨ ਹੋ ਗਈ ਹੈ। ਹੁਣ ਜਿਵੇਂ ਜਿਵੇਂ ਕੜੀ ਅੱਗੇ ਦੀ ਅੱਗੇ ਵਧੀ ਜਾ ਰਹੀ ਹੈ, ਕੈਪਟਨ ਸਾਹਿਬ ਦੇ ਬੜੇ ਸਖ਼ਤ ਹਿਦਾਇਤਾਂ ਨੇ ਵੀ ਕੋਈ ਨਹੀਂ ਬਖਸ਼ਿਆ ਜਾਣਾ ਜਿਹੜਾ ਵੀ ਆ, ਭਾਵੇਂ ਉਹ ਸਾਡੇ ਕਿਸੇ ਮੰਤਰੀ ਦੇ ਘਰ SIT ਪਹੁੰਚੇ, ਭਾਵੇਂ ਸਾਡੇ ਕਿਸੇ ਅਫਸਰ ਦੇ ਘਰ ਪਹੁੰਚੇ, ਐਨੀਬਡੀ ਹੂ ਇਜ਼ ਇਨਵੋਲਵਡ ਹੀ ਵਿਲ ਬੀ ਬ੍ਰੌਟ ਟੂ ਬੁੱਕ। ਹੁਣ ਇਹ ਆਪਦੇ ਉਹੀ ਬਿਆਨ ਲਈ ਜਾਂਦੇ ਆ ਬਗੈਰ ਮਤਲਬ ਤੋਂ, ਕੋਈ ਆਧਾਰ ਵੀ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਇਸ ਸਿਆਸਤ ਤੋਂ ਹੁਣ ਕੀ ਸਬਕ ਮਿਲਦਾ? ਇਹ ਤਾਂ ਰੱਟੀ ਟਾਈ ਲਾਈਨ ਆ, ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ। ਅਤੇ ਬਖਸ਼ਣ ਵਾਲੇ ਤਾਂ ਹੁਣ 2 ਸਾਲ ਇਹ ਸਰਕਾਰ ਚੱਲ ਗਈ ਹੈ, ਉਸ ਤੋਂ ਪਹਿਲਾਂ ਸਾਲ ਡੇਢ ਸਾਲ ਪਹਿਲੇ ਚੱਲ ਗਈ, 3.5 ਸਾਲ ਤੇ ਲੰਘੇ ਆ, ਤੇ ਇਹ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਕਿੰਨੀਆਂ ਚੋਣਾਂ ਤੱਕ ਇਹ ਬਿਆਨ ਚੱਲੂਗਾ, ਬਖਸ਼ੇ ਨਹੀਂ ਜਾਣਗੇ। ਬਖਸ਼ਣ ਹਾਰ ਤਾਂ ਇੱਕੋ ਹੀ ਹੈਗਾ, ਜਿੱਥੇ ਤੱਕ ਇਲੈਕਸ਼ਨ ਦੀ ਗੱਲ ਹੈਗੀ ਹੈ, ਮੈਨੂੰ ਜਾਪਦਾ ਹੈਗਾ ਕਿ ਸ਼ਾਇਦ ਇਲੈਕਸ਼ਨ ਜਿਹੜਾ ਅਸੈਂਬਲੀ ਦਾ ਹੈਗਾ ਉਸ ਵੇਲੇ ਤੱਕ ਤਾਂ ਜ਼ਰੂਰ ਖਿੱਚਿਆ ਜਾਏਗਾ ਲੋਕ ਸਭਾ 2022 ਤੱਕ ਦਾ ਟਾਰਗੇਟ। 2022 ਬਿਲਕੁਲ। ਰਸਮਜੀਤ ਸਿੰਘ, ਤੁਹਾਨੂੰ ਵੀ ਐਂ ਲੱਗਦਾ? ਦੇਖੋ, ਜੇ ਸਪੀਡ ਨਾਲ ਚੱਲ ਰਿਹਾ ਤਾਂ ਸ਼ੱਕ ਤਾਂ ਬੜਾ ਜ਼ਿਆਦਾ ਹੁੰਦਾ ਹੈ, ਪਰ ਇਹਦੇ ਨਾਲ ਕਾਂਗਰਸ ਉਦੋਂ ਤੱਕ ਆਪਣਾ ਨੁਕਸਾਨ ਬਹੁਤ ਬਹੁਤ ਜ਼ਿਆਦਾ ਕਰ ਲੇਗੀ, ਕਿਉਂਕਿ ਇਹਨਾਂ ਨੂੰ ਲੱਗਦਾ ਤਾਂ ਇਹ ਹੋਊਗਾ ਕਿ ਅਸੀਂ ਉਦੋਂ ਬੰਬ ਛੱਡਾਂਗੇ ਅਤੇ ਲੋਕ ਨਿਹਾਲ ਹੋ ਜਾਣਗੇ, ਪਰ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ। ਜਿਹੜੀ ਚੀਜ਼ ਜਿਸ ਵਕਤ ਜਦੋਂ ਹੋਣੀ ਚਾਹੀਦੀ ਹੈ, ਜਦੋਂ ਲੋਕ ਉਹਦੀ ਉਮੀਦ ਕਰਦੇ ਆ, ਜੇ ਉਦੋਂ ਇੰਨਾ ਲੇਟ ਕਰਕੇ ਕਹੂਗੀ ਤਾਂ ਲੋਕਾਂ ਨੂੰ ਸਾਫ਼ ਪਤਾ ਲੱਗੂਗਾ ਕਿ ਰਾਜਨੀਤਿਕ ਲਾਹਾ ਲੈਣ ਲਈ ਕੀਤਾ ਗਿਆ, ਇੰਝ ਲੇਟ ਕੀਤਾ ਗਿਆ, ਅਤੇ ਲੋਕ ਕਹਿਣਗੇ ਚੰਗਾ ਆ ਜਾਓ ਤੁਹਾਨੂੰ ਫਿਰ ਲਾਹਾ ਦਿੰਦੇ ਹਾਂ।
उन्हां नूं जरूर संजीदा हो के इस नूं जल्दी जल्दी कंक्लूड करना चाहिए दा, और जिथे जिथे उन्हां ते रुकावटां पाईयां जा रहियां इन्हां नूं आप चोण कमीशन की कर सकदा इहदे विच। चोण कमीशन दा इहदे नाल कोई लैणा देणा नहीं, इनक्वायरी अलग तो पिछों तो चल रही है, इहदे च कोई कोर्ट दा मोरल जिहड़ा कोई कोई कोर्ट दा इलैक्शन कोर्ट दा इहदे कोई मतलब नहीं है। जी सचिकान जी, राम रहीम तक हथ कदों जाणगे? ਜੇ ਕੋਸ਼ਿਸ਼ ਕਰਨਾ ਜੀ ਜਾ ਸਕਦੇ ਹੈਗੇ ਨੇ ਇਸ ਬੇਸਿਕਲੀ ਜਿਹੜੀ ਨਹੀਂ ਜੀ ਇੱਕ ਵਾਰ ਜੇਲ੍ਹ ਪ੍ਰਬੰਧਨ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਜੇ ਜੇਲ੍ਹ ਪ੍ਰਬੰਧਨ ਇੱਕ ਵਾਰ ਰਿਫਿਊਜ਼ ਕਰ ਰਿਹਾ ਉਦੋਂ ਬਾਅਦ ਤੁਸੀਂ ਦੂਜੀ ਵਾਰੀ ਕਦੋਂ ਜਾ ਸਕਦੇ ਹੋ? ਉਹਦੇ ਬਾਅਦ ਤੁਸੀਂ ਮਹੀਨਾ ਟਪਾਓ ਨਾਲ ਕਰਕੇ ਉਹਨੂੰ ਫੇਰ ਕਰੋ, ਬਲਕਿ ਤੁਸੀਂ ਹੋਰ ਪਿਛੇਤੀ ਕਰ ਸਕਦੇ ਹੋ ਕਿ ਇਹ ਐਮਰਜੈਂਸੀ ਹੈਗੀ ਹੈ ਇਸ ਕਰਕੇ ਸਾਨੂੰ ਇਹ ਸੱਟਾ ਚਾਹੀਦਾ ਹੈਗਾ, ਇਹਦੇ 'ਚ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਇੱਕ ਸਾਲ ਬਾਅਦ ਨਹੀਂ। ਹੁਣ ਡਿਲੇ ਕਿਹਦੇ ਵੱਲੋਂ ਹੋ ਰਿਹਾ ਫਿਰ? ਡਿਲੇ ਕਿਹਦੇ ਵੱਲੋਂ ਹੋ ਰਿਹਾ ਫਿਰ? ਡਿਲੇ ਇਜ਼ ਆਬਵੀਅਸਲੀ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਵੀ ਹੈਗਾ ਤੇ ਜਿਹੜਾ ਮੈਜਿਸਟ੍ਰੇਟ ਉਹਨਾਂ ਨੂੰ ਪਰਮਿਸ਼ਨ ਨਹੀਂ ਦੇ ਰਿਹਾ ਉਹਦੇ ਵੱਲੋਂ ਵੀ ਹੈਗਾ। ਪੋਲੀਟੀਕਲ ਡਿਲੇ ਹੈ? ਪੋਲੀਟੀਕਲ ਡਿਲੇ, ਕਾਨੂੰਨੀ ਵੀ ਡਿਲੇ ਹੈ ਜੀ। ਹਾਂ ਚਲੋ, ਬਹੁਤ ਧੰਨਵਾਦ, ਅਸੀਂ ਜ਼ਿਆਦਾ ਡਿਲੇ ਨਹੀਂ ਕਰਾਂਗੇ। ਬਹੁਤ ਧੰਨਵਾਦ ਪ੍ਰਸਮਨਜੀਤ ਸਿੰਘ, ਸ਼ਸ਼ੀਕਾਂਤ ਜੀ, ਨਰਦੇਵ ਸਿੰਘ ਆਕੜੀ, ਮਾਂਗੜ ਸਾਹਿਬ, ਨੀਲ ਗਰਗ ਸਾਹਿਬ। ਸਿਆਸਤ ਬਹੁਤ ਕੁਛ ਕਹਿੰਦੀ ਹੈਗੀ ਆ, ਸਿਆਸਤ ਦੇ ਵਰਕੇ ਜਿੰਨੇ ਫਰੋਲੋਂਗੇ ਪਿੱਛੇ ਜਾ ਕੇ ਬਹੁਤ ਕੁਛ ਮਿਲੇਗਾ, ਅੱਗੇ ਜਾ ਕੇ ਵੀ ਬਹੁਤ ਕੁਛ ਨਿਕਲੇਗਾ। ਸਵਾਲ ਬਹੁਤ ਸਾਰੇ ਹੈਗੇ ਆ, ਚਰਚਾ ਲਗਾਤਾਰ ਚੱਲਦੀ ਰਹੇਗੀ ਕਿਉਂਕਿ ਇਹ ਚਰਚਾ ਕਰਨੀ ਲਾਜ਼ਮੀ ਹੈਗੀ ਆ। ਜਦੋਂ ਜਦੋਂ ਵੀ ਕੋਈ ਸਟੈਪ ਚੁੱਕਿਆ ਜਾਂਦਾ ਹੈਗਾ ਉਸ ਵਿੱਚ ਸਿਆਸਤ ਆ ਜਾਂਦੀ ਹੈਗੀ ਆ, ਅੜਿੱਕਾ ਢਾਹ ਦਿੰਦੀ ਹੈਗੀ ਆ, ਅਤੇ ਜਦੋਂ ਇੱਕ ਅਫਸਰ 'ਤੇ ਸਵਾਲ ਚੁੱਕੇ ਜਾਣ ਫਿਰ ਉਸ ਅਫਸਰ 'ਤੇ ਜੇ ਡਿਬੇਟ ਹੋਣੀ ਸ਼ੁਰੂ ਹੋ ਜਾਵੇ ਇਹਦਾ ਮਤਲਬ ਹੈ ਜਿਹੜਾ ਸਿਆਸਤ ਉਸ ਅਫਸਰ ਤੋਂ ਪਰੇਸ਼ਾਨ ਹੈ। ਹੁਣ ਪਤਾ ਨਹੀਂ ਇੱਧਰਲੀ ਸਿਆਸਤ ਪਰੇਸ਼ਾਨ ਹੈ ਕਿ ਉੱਧਰਲੀ ਸਿਆਸਤ ਪਰੇਸ਼ਾਨ ਹੈ, ਅਤੇ ਹੁਣ ਜਦੋਂ ਚਲਾਨ ਪੇਸ਼ ਕੀਤਾ ਜਾਵੇਗਾ ਉਹਦੇ ਵਿੱਚ ਇਹ ਅਫਸਰ ਅਤੇ ਇਹਨਾਂ ਦੀ ਟੀਮ ਕਰੇਗੀ ਕਿ ਸਵਾਲ ਇੱਥੇ ਆ ਕੇ ਰੁਕਦਾ, ਜਦੋਂ ਕਰੇਗੀ ਉਦੋਂ ਫਿਰ ਡਿਬੇਟ ਕਰਾਂਗੇ। ਬਹੁਤ ਧੰਨਵਾਦ।